ਫਾਈਲਾਂ ਦੇ ਢੇਰਾਂ ਦੇ ਢੇਰ ਹੀ ਲੱਗੇ ਪਏ ਇਮੀਗ੍ਰੇਸ਼ਨ ਦੇ ਜੀ ਔਰ ਹਰ ਕੋਈ ਆਪਣੀ ਫਾਈਲ ਉਡੀਕ ਰਿਹਾ ਤੇ ਇਹਦੇ ਵਿੱਚ ਰਿਫਿਊਜ਼ਲ ਬਹੁਤ ਆ ਰਹੀਆਂ ਹੈਗੀਆਂ ਲੋਕਾਂ ਦੀਆਂ ਫਾਈਲਾਂ ਲੋਕੀ ਇਸ ਗੱਲ ਦਾ ਇਤਰਾਜ਼ ਕਰ ਰਹੇ ਆ ਕਿ ਸਾਨੂੰ ਕੋਈ ਵੀ ਇਹਦਾ ਕਾਰਨ ਨਹੀਂ ਦੱਸਿਆ ਜਾਂਦਾ ਪਹਿਲਾਂ ਕੀ ਹੁੰਦਾ ਸੀਗਾ ਫਾਈਲ ਇੱਕ ਮਲਟੀ ਸਟੇਜ ਪ੍ਰੋਸੈਸ ਦੇ ਥਰੂ ਨਿਕਲਦੀ ਸੀਗੀ ਜਿਵੇਂ ਪ੍ਰੀ ਅਸੈਸਮੈਂਟ ਹੋ ਗਈ ਉਹ ਤੋਂ ਬਾਅਦ ਜਿਹੜੀ ਫਾਈਨਲ ਅਸੈਸਮੈਂਟ ਹੁੰਦੀ ਸੀ ਉਹ ਵੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਬਣ ਗਿਆ ਸਰਕਾਰ ਲਈ ਨੋ 2 ਮਿਲੀਨ ਦਾ ਸਰਕਾਰ ਨੇ ਫੈਸਲਾ ਤਾਂ ਕਰਿਆ ਅਪਲੀਕੇਸ਼ਨਸ ਦਾ ਪਰ ਉਹ ਜਿਹੜਾ ਤਰੀਕਾ ਵਰਤਿਆ ਗਿਆ ਉਹ ਕੌਂਟ੍ਰੋਵਰਸ਼ੀਅਲ ਸੀਗਾ ਜਦੋਂ ਕੋਈ ਰਿਫਿਊਜ਼ਲ ਆ ਜਾਂਦੀ ਹੈ ਬਹੁਤੇ ਲੋਕ ਉਹਨੂੰ ਲੈ ਕੇ ਢੇਰੀ ਟਾ ਕੇ ਬਹਿ ਜਾਂਦੇ ਆ ਕਿ ਹੁਣ ਮੈਂ ਕੀ ਕਰਾਂ ਉਹ ਅਪੀਲ ਨਹੀਂ ਕਰਦੇ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਬੜਾ ਚੰਬਾ ਹੁੰਦਾ ਸੀ ਵੀ ਮੈਡਮ ਬੜਾ ਯੰਗ ਆ ਤੇ ਵਿਸਟਰ ਵੀਜ਼ਾ ਮਿਲ ਗਿਆ ਮੈਂ ਕੈਨੇਡਾ ਆ ਗਿਆ ਤੋਂ ਉਹਦੇ ਚ ਕੀ ਹੁੰਦਾ ਸੀਗਾ ਜਿਹੜਾ ਸਿਸਟਮ ਦੇ ਵਿੱਚ ਫੇਰ ਬਦਲ ਆ ਫਿਰ ਉਹ ਫੇਰ ਬਦਲ ਵੀ ਕੀਤਾ ਗਿਆ ਕਿਉਂਕਿ ਐਟ ਦ ਸੇਮ ਟਾਈਮ ਤੁਸੀਂ ਪ੍ਰੋਪੋਰਸ਼ਨਲੀ ਦੇਖੋ ਜਿੰਨੇ ਵਿਜ਼ਿਟਰਸ ਇੱਥੇ ਗ੍ਰਾਂਟ ਹੋਏ ਵੀਜ਼ਾਸ ਗ੍ਰਾਂਟ ਹੋਏ ਜਿੰਨੇ ਸਟੂਡੈਂਟਸ ਇੱਥੇ ਆਏ ਉਹਦੇ ਪੈਰਲ ਜਿਹੜਾ ਰਿਫਿਊਜੀ ਰਿਫਾਰਮ ਐਕਟ ਹੈ ਉਹ ਫੇਲ ਹੁੰਦਾ ਗਿਆ ਅੱਜ ਇੱਕ ਸਾ আলম ਦਾ ਕੇਸ ਲਾ ਦਿੰਦੇ ਤਾਂ ਉਹ 6 ਸਾਲ ਜਾਂ 5 ਸਾਲ ਨੂੰ ਓਪਨ ਵਰਕ ਪਰਮਿਟ ਮਿਲੇਗਾ ਸਾਰੀਆਂ ਸਹੂਲਤਾਂ ਮਿਲਣੀਆਂ ਜਿਹੜੀਆਂ ਪਰਮਨੈਂਟ ਰੈਜ਼ੀਡੈਂਟ ਨੂੰ ਮਿਲੀਆਂ ਨੇ ਫਿਰ ਉਹ ਕੈਨੇਡਾ ਤੋਂ ਕਿਤੇ ਰਿਮੂਵ ਹੋ ਸਕਦਾ ਉਹ ਵੀ ਤਾਂ ਜੇ ਉਹਨਾਂ ਕੋਲ ਪਾਸਪੋਰਟ ਵੈਲਿਡ ਹੈ ਲੋਕੀ ਐਜੰਸੀਆਂ ਦੀਆਂ ਫਾਈਲਾਂ ਬਹੁਤ ਲਾਉਂਦੇ ਆ ਉਹਦਾ ਡਿਸੀਜਨ ਰ ਕਈਆਂ ਨੂੰ ਤਾਂ ਮਿਲਿਆ ਹੀ ਨਹੀਂ ਹੱਲੇ ਸਾਲ-ਸਾਲ ਹੋ ਗਿਆ ਉਹਨਾਂ ਦੀ ਫਾਈਲ ਪਈ ਨੂੰ ਹੁਣ ਜਿਹੜੇ ਐਪਲੀਕੈਂਟਸ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਇੱਕ ਜਨਰਲ ਟੈਂਡੈਂਸੀ ਕੀ ਹੈ ਜਦੋਂ ਵੀ ਰਿਫਿਊਜ਼ਲ ਆਉਂਦੀ ਹੈ ਯਾ ਇਵਨ ਕੈਨੇਡਾ 'ਚ ਵੀ ਹੈ ਇੱਕ ਜਨਰਲ ਟੈਂਡੈਂਸੀ ਹੈ ਵੀ ਜਦੋਂ ਰਿਫਿਊਜ਼ਲ ਆਉਂਦੀ ਹੈ ਉਹ ਸਮਝ ਲੈਂਦੇ ਵੀਜ਼ਾ ਆਫੀਸਰ ਦਾ ਡਿਸੀਜਨ ਤਾਂ ਫਾਈਨਲ ਹੈ ਇਹ ਤੋਂ ਬਾਅਦ ਤਾਂ ਮੇਰਾ ਕੇਸ ਖਰਾਬ ਹੋ ਗਿਆ ਯਾ ਮੇਰੇ ਜਿਹੜਾ ਕੋਈ ਰਿਪਰੈਜ਼ੈਂਟਡ ਸੀ ਉਹਨੇ ਕੋਈ ਕਾਗਜ਼ ਗਲਤ ਲਾਤਾ ਯਾ ਉਹਨੇ ਕੰਮ ਜੌਬ ਵਧੀਆ ਨਹੀਂ ਕੀਤੀ ਜਿੱਤੇ ਕਰਕੇ ਮੇਰਾ ਕੇਸ ਰਿਵਿਊਜ਼ ਹੋ ਗਿਆ ਸਾਂਝੇ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਤੁਹਾਨੂੰ ਸਾਂਝੀ ਗੱਲਬਾਤ ਸਵਾਲ ਤੁਹਾਡੇ ਜਵਾਬ ਸਾਡੇ ਹੁੰਦੇ ਆ ਤੇ ਤੁਸੀਂ ਜਾਣਦੇ ਹੋ ਕਿ ਇਹਨਾਂ ਸ਼ੋਜ਼ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਅਸੀਂ ਤੁਹਾਡੇ ਤੱਕ ਹਰ ਇੱਕ ਉਹ ਇਨਫੋਰਮੇਸ਼ਨ ਲੈ ਕੇ ਆਈਏ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਕੀ ਨਵੀਆਂ ਅਪਡੇਟ ਆਈਆਂ ਹੈਗੀਆਂ ਤੇ ਤੁਸੀਂ ਜਾਣਦੇ ਹੋ ਕਿ ਸਾਡੇ ਇਹਨਾਂ ਸ਼ੋਜ਼ ਦੇ ਜਿੰਨੇ ਵੀ ਸਪான்ਸਰ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਤੁਸੀਂ ਸਾਡੇ ਸਾਡਾ ਸਾਥ ਦਿੰਦੇ ਹੋ ਲੰਮੇ ਸਮੇਂ ਤੋਂ ਤੇ ਤੁਹਾਡੇ ਕਰਕੇ ਹੀ ਅਸੀਂ ਤੁਹਾਡੇ ਰੂਬਰੂ ਹੋ ਜਾਂਦੇ ਆ ਸੋ ਹਰ ਫਰਾਈਡੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਖਾਸ ਸ਼ੋਅ ਹੁੰਦਾ ਜਿਹਦੇ ਵਿੱਚ ਸਾਡੇ ਨਾਲ ਡਾਕਟਰਸ ਤੇ ਬਹੁਤ ਹੀ ਹੌਟ ਟਾਪਿਕ ਹੈ ਜਿਹੜਾ ਇਮੀਗ੍ਰੇਸ਼ਨ ਦਾ ਤੇ ਇਮੀਗ੍ਰੇਸ਼ਨ ਦੇ ਵਿੱਚ ਬੈਕਲੌਗ ਕਿੰਨੀ ਹੋਈ ਆ ਸੋ ਉਹਦੀ ਜਦੋਂ ਅਸੀਂ ਗੱਲ ਕਰਦੇ ਆ ਹਰ ਕਿਸੇ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਮੀਗ੍ਰੇਸ਼ਨ ਦਾ ਇੰਤਜ਼ਾਰ ਕਰ ਰਿਹਾ ਕਿਸੇ ਨਾ ਕਿਸੇ ਦੀ ਫਾਈਲ ਪਰਿਵਾਰ ਦੀ ਲੱਗੀ ਹੋਈ ਆ ਸੋ ਹੁਣ ਕੀ ਨਵੀਆਂ ਚੇਂਜੇਸ ਆਈਆਂ ਹੈਗੀਆਂ ਕੀ ਹੋ ਰਿਹਾ ਇਮੀਗ੍ਰੇਸ਼ਨ ਵਿੱਚ ਤੇ ਸਾਡੀ ਸਾਂਝਾ ਟੀਵੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਨਾਂ ਫਰਮਸ ਦੇ ਉਹਨਾਂ ਪੜ੍ਹੇ ਲਿਖੇ ਨੁਮਾਇੰਦਿਆਂ ਨੂੰ ਲੈ ਕੇ ਆਈਏ ਉਹਨਾਂ ਅਸੀਂ ਉਹਨਾਂ ਫਰਮ ਦੇ ਨਾਲ ਕੰਟੈਕਟ ਕਰੀਏ ਜਿਹੜੀਆਂ ਤੁਹਾਨੂੰ ਸਹੀ ਇਨਫੋਰਮੇਸ਼ਨ ਦਿੰਦੀਆਂ ਤੇ ਵਾਕਿਆ ਹੀ ਲੋਕਾਂ ਦੀ ਮਦਦ ਕਰਦੀਆਂ ਨੇ ਕਿਉਂਕਿ ਅਸੀਂ ਕੋਈ ਵੀ ਸਾਂਝੇ ਦੇ ਪਲੇਟਫਾਰਮ ਤੋਂ ਇਹੋ ਜੀ ਇਨਫੋਰਮੇਸ਼ਨ ਨਹੀਂ ਸਾਂਝੀ ਕਰ ਸਕਦੇ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਕਿਉਂਕਿ ਇੱਕ ਵਾਰੀ ਤੁਸੀਂ ਆਪਣੀ ਫਾਈਲ ਭਰੀ ਆ ਇੱਕ ਛੋਟੀ ਜੀ ਗਲਤੀ ਤੁਹਾਨੂੰ ਬਹੁਤ ਪਿੱਛੇ ਪਾ ਦਿੰਦੀ ਆ ਸੋ ਜਦੋਂ ਸੁੱਲਜੇ ਹੋਏ ਕੰਸਲਟੈਂਟ ਸੁੱਲਜੇ ਹੋਏ ਜਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਫਰਮ ਆ ਤੁਹਾਡੀ ਫਾਈਲ ਤੇ ਕੰਮ ਕਰਦੀਆਂ ਆ ਤੇ ਫਿਰ ਤੁਹਾਨੂੰ ਵੀ ਚੈਨ ਦੀ ਨਹੀਂ ਦੌਂਦੀ ਆ ਕਿ ਤੁਸੀਂ ਸਹੀ ਕੰਮ ਕੀਤਾ ਤੇ ਸਹੀ ਬੰਦੇ ਕੋਲੋਂ ਐਡਵਾਈਸ ਲਈ ਆ ਇਸੇ ਕਰਕੇ ਹੀ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਫਰਮ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਉਹਨਾਂ ਦੇ ਨਾਲ ਗੱਲਬਾਤ ਕਰੀਏ ਤੁਸੀਂ ਜਾਣਦੇ ਹੋ SWC ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਆ ਇੱਕ ਨਹੀਂ ਦੋ ਨਹੀਂ ਕਈ ਇਹਨਾਂ ਦੇ ਆਫਿਸ ਹੈ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਫਿਸ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਆਫਿਸ ਹੈ ਆਨਲਾਈਨ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਜਦੋਂ ਅਸੀਂ ਗੱਲ ਕਰਦੇ ਆ ਅਮਨ ਖਹਿਰਾ ਹੋਣਾ ਦੀ ਤੇ ਹਮੇਸ਼ਾ ਹੀ ਜਿੰਨੀ ਵਾਰ ਵੀ ਸਾਡੇ ਪਿਛਲੇ ਸ਼ੋਜ਼ ਦੇ ਵਿੱਚ ਵੀ ਆਉਂਦੇ ਰਹੇ ਆ ਤੇ ਬਹੁਤ ਕਲੀਅਰਲੀ ਸਾਰੀ ਇਨਫੋਰਮੇਸ਼ਨ ਦੱਸ ਕੇ ਜਾਂਦੇ ਆ ਤੁਸੀਂ ਸਾਨੂੰ WhatsApp ਤੇ ਵੀ ਸਵਾਲ ਭੇਜ ਸਕਦੇ ਹੋ Facebook ਤੇ ਵੀ ਦੇਖਦੇ ਹੋ ਜਾਂ YouTube ਤੇ ਵੀ ਭੇਜ ਸਕਦੇ ਹੋ ਤੇ ਜਾਂ ਜਿਹੜੇ ਥੱਲੇ ਸਕਰੀਨ ਤੇ ਨੰਬਰ ਆ ਰਹੇ ਨੇ ਇਹਨਾਂ ਤੇ ਤੁਸੀਂ ਫੋਨ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਅਮਨ ਖਹਿਰਾ ਜੀ ਸਾਡੇ ਨਾਲ ਆਏ ਹੋਏ ਨੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ ਤੇ ਇਹਨਾਂ ਦੇ ਨਾਲ ਅੱਜ ਅਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਗੱਲਾਂ ਕਰਦੇ ਆ ਅਮਨ ਜੀ ਜੀ ਆਨ ਤੁਹਾਨੂੰ ਸასი ਕਾਲ ਜੀ ਥੈਂਕ ਯੂ ਬਲਜਿੰਦਰ ਜੀ ਔਰ ਤੁਹਾਡੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਦਾ ਬਸ ਥੈਂਕ ਯੂ ਫॉर ਯੋਰ ਟਾਈਮ ਅਮਨ ਜੀ ਬਹੁਤ ਵਧੀਆ ਲੱਗਦਾ ਕਿ ਜਦੋਂ ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਤੇ ਹਮੇਸ਼ਾ ਲੋਕਾਂ ਦੇ ਕੋਲ ਸਵਾਲ ਬਹੁਤ ਹੁੰਦੇ ਆ ਜੀ ਅਮ ਇਦਾਂ ਨਹੀਂ ਕਿ ਜੇ ਕਿਸੇ ਦਾ ਕੋਈ ਫਾਈਲ ਲੱਗੀ ਆ ਉਹਦੇ ਕੋਲ ਹੀ ਸਵਾਲ ਆ ਕਈ ਫੈਮਿਲੀ ਦੀ ਫਾਈਲ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੜੀ ਇਨਫੋਰਮੇਸ਼ਨ ਮਿਲਦੀ ਆ ਸੋ ਹੁਣ ਅਸੀਂ ਗੱਲ ਸ਼ੁਰੂ ਕਰਾਂਗੇ ਬੈਕਲੌਗ ਦੀ ਜੀ ਫਾਈਲਾਂ ਦੇ ਢੇਰਾਂ ਦੇ ਢੇਰੀ ਲੱਗੇ ਪਏ ਇਮੀਗ੍ਰੇਸ਼ਨ ਦੇ ਜੀ ਔਰ ਹਰ ਕੋਈ ਆਪਣੀ ਫਾਈਲ ਉਡੀਕ ਰਿਹਾ ਤੇ ਇਹਦੇ ਵਿੱਚ ਰਿਫਿਊਜ਼ਲ ਬਹੁਤ ਆ ਰਹੀਆਂ ਹੈਗੀਆਂ ਲੋਕਾਂ ਦੀਆਂ ਫਾਈਲਾਂ ਲੋਕੀ ਇਸ ਗੱਲ ਦਾ ਇਤਰਾਜ਼ ਕਰ ਰਹੇ ਆ ਕਿ ਸਾਨੂੰ ਕੋਈ ਵੀ ਇਹਦਾ ਕਾਰਨ ਨਹੀਂ ਦੱਸਿਆ ਜਾਂਦਾ ਸਿੱਧੀ ਫਾਈਲ ਰਿਫਿਊਜ਼ ਹੋ ਕੇ ਸਾਨੂੰ ਚਿੱਠੀ ਆ ਜਾਂਦੀ ਹੈ ਸੋ ਇੱਥੋਂ ਹੀ ਸ਼ੁਰੂ ਕਰਦੇ ਆ ਕੀ ਕਾਰਨ ਨੇ ਜੀ ਉਹਦਾ ਕਾਰਨ ਹੈ ਖਾਸ ਕਰਕੇ ਜਿਵੇਂ ਆਪਣੇ ਜਿਹੜੀ ਵੀਅਰਸ਼ਿਪ ਹੈਗੀ ਉਹ ਜ਼ਿਆਦਾ ਹਿੰਦੁਸਤਾਨ ਨੂੰ ਬਿਲੋਂਗ ਕਰਦੀ ਹੂੰ ਸੋ ਉਨਾ ਤੇ ਜ਼ਿਆਦਾ ਇਮਪੈਕਟ ਹੈਗਾ ਕਿਉਂਕਿ ਇਮੀਗ੍ਰੇਸ਼ਨ ਨੇ ਕੀ ਕੀਤਾ ਸੀਗਾ ਥੋੜੇ ਸਮਾਂ ਪਹਿਲਾਂ 2018 ਮਾਰਚ ਦੇ ਵਿੱਚ ਇੱਕ ਸੋਲੂਸ਼ਨ ਕੱਢਿਆ ਸੀ ਵੀ ਬੈਕਲੌਗ ਤੋਂ ਕਿਵੇਂ ਜਿਹੜੀਆਂ ਐਕਸਪਲੋਇਟ ਕਰੀਏ ਕਿਉਂਕਿ ਜਦੋਂ ਵੀ ਕੋਈ ਡਿਸੀਜਨ ਲਿਆ ਜਾਂਦਾ ਫਾਈਲ ਤੇ ਉਹ ਲਿਆ ਜਾਂਦਾ ਪਹਿਲਾਂ ਕੀ ਹੁੰਦਾ ਸੀਗਾ ਫਾਈਲ ਇੱਕ ਮਲਟੀ ਸਟੇਜ ਪ੍ਰੋਸੈਸ ਦੇ ਥਰੂ ਨਿਕਲਦੀ ਸੀਗੀ ਜਿਵੇਂ ਪ੍ਰੀ ਅਸੈਸਮੈਂਟ ਹੋ ਗਈ ਉਹ ਤੋਂ ਬਾਅਦ ਜਿਹੜੀ ਅ ਫਾਈਨਲ ਅਸੈਸਮੈਂਟ ਹੁੰਦੀ ਸੀ ਹਮ ਤਾਂ ਉਹ ਵੀ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਬਣ ਗਿਆ ਸਰਕਾਰ ਲਈ ਖਾਸ ਕਰਕੇ ਮੈਂ ਗੱਲ ਕਰ ਰਿਹਾ ਟੈਂਪਰੀ ਜਿਹੜੀਆਂ ਅਪਲੀਕੇਸ਼ਨ ਸਬਮਿਟ ਹੁੰਦੀਆਂ ਨੇ ਸੋ ਉਹਦੇ ਚ ਕੀ ਹੁੰਦਾ ਸੀ 2011 ਦੇ ਵਿੱਚ ਸਰਕਾਰ ਨੇ 1 ਮਿਲੀਅਨ ਜਿਹੜੀਆਂ ਅਪਲੀਕੇਸ਼ਨ ਸੀ ਉਹ ਪ੍ਰੋਸੈਸ ਕੀਤੀਆਂ ਸੀ ਇਨ ਟੋਟਲ ਅ ਜਿਹੜੀਆਂ ਅਪਲੀਕੇਸ਼ਨ ਦੇ ਡਿਸੀਜਨ ਦਿੱਤੇ ਸੀ ਹਮ ਤਾਂ ਉਹ ਵਧ ਕੇ 220 ਦੇ ਵਿੱਚ ਉਹ ਡਬਲ ਹੋ ਗਈਆਂ 2 ਮਿਲੀਅਨ ਹੋ ਗਈ ਨਾ 2 ਮਿਲੀਅਨ ਦਾ ਸਰਕਾਰ ਨੇ ਫੈਸਲਾ ਤਾਂ ਕਰਿਆ ਅਪਲੀਕੇਸ਼ਨਸ ਦਾ ਪਰ ਉਹ ਜਿਹੜਾ ਤਰੀਕਾ ਵਰਤਿਆ ਗਿਆ ਉਹ ਕੰਟ੍ਰੋਵਰਸ਼ੀਅਲ ਸੀਗਾ ਕੰਟ੍ਰੋਵਰਸ਼ੀਅਲ ਇਸ ਲਈ ਸੀਗਾ ਬਿਕਾਜ਼ ਜਿਹੜਾ ਸਿਸਟਮ ਯੂਜ਼ ਕੀਤਾ ਜਾਂਦਾ ਇੱਕ ਆਪਾਂ ਐਲਗੋਰਿਦਮ ਦੀ ਗੱਲ ਕਰਦੇ ਆਂ ਵੀ ਇਮੀਗ੍ਰੇਸ਼ਨ ਜਿਹੜਾ ਹੈਗਾ ਇੱਕ ਨਵਾਂ ਕੰਪਿਊਟਰਾਈਜ਼ਡ ਸਿਸਟਮ ਜਾਂ ਮਾਡਰਨਾਈਜ਼ਡ ਸਿਸਟਮ ਲੈ ਕੇ ਆਈ ਹੈ ਜੀਦੇ ਨਾਲ ਜਿਹੜੇ ਕੇਸਾਂ ਦੇ ਫੈਸਲੇ ਜਲਦੀ ਹੋਣਗੇ ਸੋ ਉਹਦੇ ਲਈ ਸਰਕਾਰ ਨੇ ਜਿਹੜਾ ਸਿਸਟਮ ਡਿਵੈਲਪ ਕੀਤਾ ਸੀ ਉਹਦਾ ਨੌਰ ਰੱਖਿਆ ਸੀ ਉਹਨਾਂ ਨੇ ਚਨੁਕ ਸੋ ਜਿਹੜਾ ਚਨੁਕ ਦਾ ਐਲਗੋਰਿਦਮ ਸੀ ਜਾਂ ਚਨੁਕ ਜਿਹੜਾ ਸਿਸਟਮ ਯੂਜ਼ ਕਰਦੀ ਸੀ ਸਰਕਾਰ ਉਹ ਇੱਕ ਬੈਚ ਪ੍ਰੋਸੈਸਿੰਗ ਨਾਲ ਜਿਹੜੀ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਹੁੰਦੀ ਆ ਸੋ ਜਿੰਨੀਆਂ ਵੀ ਫਾਈਲਸ ਨੇ ਉਹ ਉਹਦਾ ਜਿਹੜਾ ਉਹਦੇ ਲਈ ਕੋਈ ਵੀ ਸਰਕਾਰ ਨੇ ਕੋਈ ਜਿਹੜੀ ਲੀਗਲ ਫਾਲੋ ਥਰੂ ਚਾਹੀਦੀ ਹੁੰਦੀ ਹੈ ਜਦੋਂ ਵੀ ਕੋਈ ਸਿਸਟਮ ਡਿਵੈਲਪ ਹੁੰਦਾ ਉਹ ਨਹੀਂ ਕੀਤਾ ਉਹਨੂੰ ਬਾਈਪਾਸ ਕਰਕੇ ਆਫੀਸਰਸ ਨੇ ਇੱਕ ਇੱਕ ਸੌਫਟਵੇਅਰ ਡਿਵੈਲਪ ਕੀਤਾ ਜਿਹਦੇ ਵਿੱਚ ਉਹ ਬੈਚ ਬੈਚ ਜਿਹੜੀ ਗਰੁੱਪ ਡਿਸੀਜਨਸ ਨੂੰ ਬਣਾ ਸਕਦੇ ਨੇ ਤਾਂ ਹੁੰਦਾ ਕੀ ਸੀਗਾ ਇਹ ਸਿਸਟਮ ਦੇ ਵਿੱਚ ਇਥੋਂ ਤੱਕ ਵੀਜ਼ ਆਫਿਸਰਸ ਲੱਗੇ ਜਿਹਦੇ ਵਿੱਚ 1000 ਐਪਲੀਕੇਸ਼ਨ ਦਾ ਡਿਸੀਜਨ ਇੱਕ ਵਾਰਚ ਲੈ ਲਿਆ ਜਾਂਦਾ ਸੀ ਸੋ ਤੁਸੀਂ ਇਮੇਜਿਨ ਕਰੋ ਵੀ ਜੇ 1000 ਡਿਸੀਜਨਸ ਇੱਕ ਵਾਰ ਲਏ ਜਾਂਦੇ ਨੇ ਔਰ ਇੱਕ ਬੰਦੇ ਵੱਲੋਂ ਲਏ ਜਾਂਦੇ ਨੇ ਵਿਦ ਨੋ ਟਾਈਮ ਸੋ ਹੋ ਸਕਦਾ ਵੀ ਜਿਹੜੇ ਜਿਹੜੇ ਡਿਸੀਜਨਸ ਨੇ ਉਹਨਾਂ ਦੀ ਫੇਅਰਨੈਸ ਤੇ ਯਾਦੀ ਅਕਾਉਂਟੇਬਿਲਟੀ ਤੇ ਯਾਦੀ ਟਰਾਂਸਪੈਰੈਂਸੀ ਤੇ ਬਿਲਕੁਲ ਕੁਐਸਚਨ ਉੱਠਦੇ ਨੇ ਬਿਲਕੁਲ ਔਰ ਹੋਇਆ ਵੀ ਹੈ ਕਿਉਂਕਿ ਕਾਫੀ ਸਮਾਂ ਪਹਿਲਾਂ ਇਹ ਹੋਇਆ ਸੀ ਜਦੋਂ ਮਾਰਚ 2018 'ਚ ਡਿਸੀਜਨਸ ਆਉਣ ਲੱਗੇ ਤਾਂ ਇਹ ਡਿਸੀਜਨਸ ਬਹੁਤ ਪੋਜ਼ਿਟਿਵ ਵਾਇ ਤੁਸੀਂ ਨੋਟਿਸ ਕੀਤਾ ਹੋਣਾ ਵੀ ਬਹੁਤ ਲੋਕਾਂ ਨੇ ਬੜਾ ਅਚੰਭਾ ਹੁੰਦਾ ਸੀ ਵੀ ਮੈਡਮ ਬੜਾ ਯੰਗ ਆ ਤੇ ਵਿਜ਼ਟਰ ਵੀਜ਼ਾ ਮਿਲ ਗਿਆ ਮੈਂ ਕੈਨੇਡਾ ਆ ਗਿਆ ਤਾਂ ਉਹਦੇ 'ਚ ਕੀ ਹੁੰਦਾ ਸੀਗਾ ਜਿਹੜਾ ਸਿਸਟਮ ਦੇ ਵਿੱਚ ਫੇਰ ਬਦਲ ਆ ਫਿਰ ਉਹ ਫੇਰ ਬਦਲ ਵੀ ਕੀਤਾ ਗਿਆ ਕਿਉਂਕਿ ਐਟ ਦ ਸੇਮ ਟਾਈਮ ਤੁਸੀਂ ਪ੍ਰੋਪੋਰਸ਼ਨਲੀ ਦੇਖੋ ਜਿੰਨੇ ਵਿਜ਼ਿਟਰਸ ਇੱਥੇ ਗ੍ਰਾਂਟ ਹੋਏ ਵੀਜ਼ਾਸ ਗ੍ਰਾਂਟ ਹੋਏ ਜਿਹਨੇ ਸਟੂਡੈਂਟਸ ਇੱਥੇ ਆਏ ਉਹਦੇ ਪੈਰਲਲ ਜਿਹੜਾ ਰਿਫਿਊਜੀ ਰਿਫਾਰਮ ਐਕਟ ਹੈ ਉਹ ਫੇਲ ਹੁੰਦਾ ਗਿਆ ਜਿਦੇ ਚ ਰਿਫਿਊਜੀ ਕੇਸ ਦਾ ਫੈਸਲਾ ਸਰਕਾਰ 90 ਦਿਨਾਂ ਚ ਕਰਦੀ ਸੀ ਕਿਉਂਕਿ ਇੰਨੇ ਕੇਸਿਸ ਪਾਇਲ ਅਪ ਹੋ ਗਏ ਅਸਾਈਲਮ ਦੇ ਉਹ ਅੱਜਕੱਲ ਉਹਨੂੰ ਵੀ ਵੇਟਿੰਗ ਟਾਈਮ 3 ਸਾਲ ਹੋ ਗਿਆ ਸੋ ਜੇ 3 ਸਾਲ ਹੋ ਗਿਆ ਮੀਨਸ ਫਿਰ ਉਹਨਾਂ ਨੂੰ ਪ੍ਰਾ ਦੇ ਵੀ ਜਿਹੜੀ ਹੈ ਉਹ ਉਹਦੇ ਲਈ ਵੀ ਉਹ ਕੁਆਲੀਫਾਈ ਕਰ ਜਾਂਦੇ ਨੇ ਐਲੀਜੀਬਲ ਹੋ ਜਾਂਦੇ ਨੇ ਤਾਂ ਉਹਦਾ ਵੱਖਰਾ ਜਿਹੜਾ 2 ਸਾਲ ਐਡ ਹੋ ਗਏ ਸੋ ਇਟ ਮੀਨਸ ਜੇ ਕੋਈ ਅੱਜ ਇੱਕ ਅਸਾਈਲਮ ਦਾ ਕੇਸ ਲਾ ਦਿੰਦੇ ਤਾਂ 6 ਸਾਲ ਜਾਂ 5 ਸਾਲ ਉਹਨੂੰ ਓਪਨ ਵਰਕ ਪਰਮਿਟ ਮਿਲੇਗਾ ਸਾਰੀਆਂ ਸਹੂਲਤਾਂ ਮਿਲਣੀਆਂ ਜਿਹੜੀਆਂ ਪਰਮਨੈਂਟ ਰੈਜ਼ੀਡੈਂਟ ਨੂੰ ਮਿਲੀਆਂ ਨੇ ਫਿਰ ਉਹ ਕੈਨੇਡਾ ਤੋਂ ਕਿਤੇ ਰਿਮੂਵ ਹੋ ਸਕਦਾ ਉਹ ਵੀ ਤਾਂ ਜੇ ਉਹਨਾਂ ਕੋਲ ਪਾਸਪੋਰਟ ਵੈਲਿਡ ਹੈ ਜੇ ਉਹਨਾਂ ਕੋਲ ਪਾਸਪੋਰਟ ਨਹੀਂ ਹੈ ਇੰਡੀਅਨ ਪਾਸਪੋਰਟ ਨਹੀਂ ਹੈ ਖਾਸ ਕਰ ਫਿਰ ਉਹ ਡੈਡਲੌਕ ਸਿਚੁਏਸ਼ਨ 'ਚ ਆ ਜਾਂਦੇ ਨੇ ਫਿਰ ਉਹ ਕਦੇ ਵੀ ਨਹੀਂ ਜਾਣਗੇ ਇਹ ਕੰਟਰੀ ਛੱਡ ਕੇ ਸੋ ਇਹਦੇ ਕਰਕੇ ਹਿਊਜ ਇਨਕਰੇਜਮੈਂਟ ਸੀ ਜਿਹੜੇ ਅਸਾਈਲਮ ਦੇ ਕੇਸ ਸੀ ਖੈਰ ਇਹ ਵੱਖਰਾ ਟੌਪਿਕ ਹੈ ਤੋਂ ਸਰਕਾਰ ਨੇ ਕੀ ਕੀਤਾ ਜਿਹੜੇ ਜਿਹੜੇ ਕੰਬੀਨੇਸ਼ਨਸ ਨੇ ਉਹ ਬਦ ਕੰਬੀਨੇਸ਼ਨ ਬਦਲ ਕੇ ਫਿਰ ਜਿਹੜੀ ਇੱਕ ਸਟਰੈਟਜੀ ਅਪਣਾਈ ਵੀ ਚਾਂਸਸ ਕੀ ਨੇ ਇੰਡੀਵਿਜੂਅਲ ਦੇ ਉਹਦਾ ਡਿਸੀਜਨ ਜਿਹੜੇ ਬੈਚ ਪ੍ਰੋਸੈਸ ਦੇ ਥਰੂ ਲਿਆ ਜਾਂਦਾ ਸੀ ਜਿਹੜਾ ਕਿ ਸਿਸਟਮ ਰੈਡ ਫਲੈਗ ਕਰਦਾ ਸੀ ਜਿਹੜੀ ਫਾਈਲ ਤੇ ਲੱਗਦਾ ਸੀਗਾ ਵੀ ਇਹ ਫਾਈਲ ਰੈਡ ਫਲੈਗ ਹੋਣੀ ਚਾਹੀਦੀ ਕਿਉਂਕਿ ਨਾ ਆਉਣ ਦਾ ਜਾਂ ਕੈਨੇਡਾ ਛੱਡ ਕੇ ਜਾਣ ਦੇ ਚਾਂਸਸ ਬਹੁਤ ਘੱਟ ਆ ਸੋ ਇਟ ਮੀਨਸ ਜਿਹੜੀ ਫੇਅਰ ਡਿਸੀਜਨ ਅਫੇਅਰਨੈਸ ਆ ਉਹ ਬਿਲਕੁਲ ਕੰਪਰੋਮਾਈਜ਼ ਹੋਗੀ ਸੋ ਇਸੇ ਕਰਕੇ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਬਹੁਤ ਵਧਿਆ ਹੋਇਆ ਵਧੀਆ ਬਹੁਤ ਕੱਲਾ ਉਹ ਸਿਰਫ ਵਿਜ਼ਿਟਰਸ ਦਾ ਰਿਫਿਊਜ਼ਲ ਰੇਟ ਨਹੀਂ ਵਧਿਆ ਤੁਸੀਂ ਜਿਹੜੇ ਸਟੂਡੈਂਟਸ ਨੇ ਇਹਨਾਂ ਦਾ ਦੇਖ ਲਓ ਜਿਵੇਂ ਸਟੂਡੈਂਟਸ ਦਾ ਜਿਹੜਾ ਪਹਿਲਾਂ ਰਿਫਿਊਜ਼ਲ ਰੇਟ ਸੀਗਾ ਉਹ ਸਿਰਫ 38% ਸੀ ਤੇ ਉਹ 2018 ਤੋਂ ਬਾਅਦ ਜਦੋਂ ਹੁਣ ਇਹ 2020 ਦੇ ਵਿੱਚ ਉਹਨਾਂ ਨੇ ਮੈਜ਼ਰ ਕੀਤਾ 57% ਹੈ ਇੰਡੀਆ ਤੋਂ 57% 57% ਜੀ 57% ਰਿਫਿਊਜ਼ਲ ਹੈ ਇਸੇ ਕਰਕੇ ਇੱਕ ਦਫਾ ਇਹ ਇਹ ਨਿਊਜ਼ ਵੀ ਆਈ ਸੀ ਵੀ ਸਰਕਾਰ ਨੇ ਇੱਕ ਦਿਨ ਦੇ ਵਿੱਚ 30000 ਅਪਲੀਕੇਸ਼ਨਾਂ ਰਿਫਿਊਜ਼ ਕਰਦੀਆਂ ਸਟੂਡੈਂਟਸ ਦੀਆਂ ਤਾਂ ਤੁਸੀਂ ਇਮੇਜਿਨ ਕਰੋ 30000 ਨੰਬਰ 30000 ਵੀ ਨੰਬਰ ਬਹੁਤ ਵੱਡਾ ਹੈ ਤਾਂ 30000 ਦਾ ਡਿਸੀਜਨ ਇੱਕ ਦਿਨ ਚ ਲੈਣਾ ਇੰਪੋਸੀਬਲ ਹੈ ਪਰ ਜੇ 1000 ਤੁਸੀਂ ਦੱਸਿਆ ਕਿ 1000 ਫਾਈਲ ਦੇ ਉੱਤੇ 1000 ਬੰਦੇ ਨੇ ਇੱਕੋ ਟਾਈਮ ਡਿਸੀਜਨ ਲੈਣਾ ਤੇ ਫਿਰ ਤਾਂ ਉੱਥੇ ਕੁਝ ਹੈ ਹੀ ਨਹੀਂ ਫਿਰ ਨੋ ਨੋ ਇੱਕ ਹਜ਼ਾਰ ਫਾਈਲ ਤੇ ਸਿਰਫ ਇੱਕ ਬੰਦੇ ਨੇ ਡਿਸੀਜਨ ਲੈਣਾ ਐਟ ਵਨ ਟਾਈਮ ਲੈਣਾ ਐਟ ਵਨ ਟਾਈਮ ਯੈਸ ਸੋ ਹੁੰਦਾ ਕੀ ਹੈ ਜੇ ਤੁਹਾਡੇ ਜਿਵੇਂ ਇਮੀਗ੍ਰੇਸ਼ਨ ਅੱਜ ਵੀ ਜੇ ਇਹਦੇ ਬਾਰੇ ਜਦੋਂ ਨੈਸ਼ਨਲ ਮੀਡੀਆ 'ਚ ਇਹ ਖਬਰ ਆਈ ਸੀ ਤਾਂ ਬਿਲਕੁਲ ਇਹਦੇ ਬਾਰੇ ਇਨ ਫੈਕਟ ਇਕੱਲਾ ਨੈਸ਼ਨਲ ਮੀਡੀਆ ਨਹੀਂ ਹੈਗਾ ਇਹ ਤੱਕ ਓਕਰੇਨ ਵਰਸਸ ਮਿਨਿਸਟਰ ਆਫ ਇਮੀਗ੍ਰੇਸ਼ਨ ਸਿਟੀਜ਼ਨ ਚੇਪਦੇ ਕੈਸ ਸੀਗਾ ਜਿਹੜਾ ਫੈਡਰਲ ਕੋਰਟ ਦਾ ਕੇਸ ਸੀ ਜਿੱਥੇ ਫਰਸਟ ਟਾਈਮ ਇਹ ਚੀਜ਼ ਡਿਸਕਲੋਜ਼ ਕੀਤੀ ਸੀ ਕੋਰਟ ਨੂੰ ਇਹ ਤੋਂ ਪਹਿਲਾਂ ਤਾਂ ਇਹ ਡਿਸਕਲੋਜ਼ ਵੀ ਨਹੀਂ ਕੀਤੀ ਸੀ ਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਹੋ ਕੀ ਰਿਹਾ ਸੋ ਇੰਟਰਨਲੀ ਇਹ ਸਾਰਾ ਸਿਸਟਮ ਡਿਵੈਲਪ ਕੀਤਾ ਗਿਆ ਸੋ ਜਦੋਂ ਇਹ ਜੋ ਕੋਰਟ ਨੇ ਚੀਜ਼ ਦੇਖੀ ਉਹਦੇ ਲਈ ਵੀ ਬੜਾ ਸ਼ੌਕਿੰਗ ਸੀ ਵੀ ਹੋ ਕੀ ਮੇ ਰਿਹਾ ਤੁਸੀਂ ਡਿਸੀਜਨ ਲੈ ਕੇ ਮੇ ਰਹੋ ਇਟ ਮੀਨਸ ਜਦੋਂ ਡਿਸੀਜਨ ਲਿਆ ਜਾਂਦਾ ਤਾਂ ਇਨਾ ਬਲਕ ਡਿਸੀਜਨ ਹੋ ਰਿਹਾ ਤਾਂ ਇੱਕ ਬੰਦਾ ਤਾਂ ਫਾਈਲ ਤਾਂ ਪੜ ਹੀ ਨਹੀਂ ਸਕਦਾ ਇੱਕ ਬੰਦੇ ਨੂੰ ਫਾਈਲ ਰਿਵਿਊ ਕਰਕੇ ਫੇਅਰ ਡਿਸੀਜਨ ਲੈਣ ਲਈ ਤਾਂ ਸਮਾਂ ਲੱਗੇਗਾ ਜੋ ਤੁਸੀਂ ਰੈੱਡ ਫਲੈਗ ਤੇ ਕਰਦੇ ਹੋ ਇਟ ਮੀਨਸ ਤੁਸੀਂ ਇਨਫਲੂਐਂਸ ਹੁੰਨੇ ਹੋ ਕਿਸੇ ਟੈਕਨੋਲੋਜੀ ਨੂੰ ਲੈ ਕੇ ਉਹਦੇ ਡਿਸੀਜਨ ਤੇ ਤੁਸੀਂ ਇਨਫਲੂਐਂਸ ਹੁੰਨੇ ਹੋ ਜਿਹੜਾ ਕਿ ਇਮੀਗ੍ਰੇਸ਼ਨ ਨੇ ਕਿਹਾ ਵੀ ਨਹੀਂ ਅਸੀਂ ਉਹ ਤਾਂ ਇਨਫਲੂਐਂਸ ਨਹੀਂ ਹੁੰਦੇ ਅਸੀਂ ਸਿਰਫ ਅਸਿਸਟੈਂਸ ਲੈਣੀ ਆ ਉਹਦੀ ਵੀ ਜਿਹੜੀਆਂ ਫਾਈਲ ਰੈੱਡ ਫਲੈਗ ਨਹੀਂ ਉਹਨੂੰ ਅਸੀਂ ਥੋੜਾ ਜ਼ਿਆਦਾ ਧਿਆਨ ਨਾਲ ਦੇਖਦੇ ਹਾਂ ਜਿਹੜੀਆਂ ਫਾਈਲ ਰੈੱਡ ਫਲੈਗ ਨਹੀਂ ਹੈ ਜਾਂ ਗ੍ਰੀਨ ਨੇ ਉਹਨਾਂ ਨੂੰ ਅਸੀਂ ਜਲਦੀ ਜਿਹੜਾ ਡਿਸੀਜਨ ਦੇ ਦਿੰਨੇ ਆ ਸੋ ਇਹ ਇਹ ਬੜੀ ਕੌਂਟਰੋਵਰਸ਼ੀਅਲ ਹੈ ਔਰ ਜਿਹੜੇ ਨਤੀਜੇ ਨੇ ਇਹਦੇ ਸਾਰਿਆਂ ਆਉਣ ਵਾਲੇ ਸਮੇਂ 'ਚ ਵਧੇਗਾ ਨਾ ਇਕੋ ਚੀਜ਼ ਨਾਲ ਇਸ ਚੀਜ਼ ਘਟ ਸਕਦੀ ਹੈ ਜੇ ਸਰਕਾਰ ਉਹ ਜੇ ਜਿਹੜੇ ਐਪਲੀਕੈਂਟਸ ਨੇ ਜੀ ਉਹ ਚੈਲੰਜ ਕਰਨ ਲੱਗ ਜਾਣ ਡਿਸੀਜਨ ਹੁਣ ਜਿਹੜੇ ਐਪਲੀਕੈਂਟਸ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਇੱਕ ਜਨਰਲ ਟੈਂਡੈਂਸੀ ਕੀ ਹੈ ਜਦੋਂ ਵੀ ਰਿਫਿਊਜ਼ਲ ਆਉਂਦੀ ਹੈ ਯਾ ਇਵਨ ਕੈਨੇਡਾ 'ਚ ਵੀ ਹੈ ਇੱਕ ਜਨਰਲ ਟੈਂਡੈਂਸੀ ਹੈ ਵੀ ਜਦੋਂ ਰਿਫਿਊਜ਼ਲ ਆਉਂਦੀ ਹੈ ਉਹ ਸਮਝ ਲੈਂਦੇ ਵੀਜ਼ਾ ਆਫੀਸਰ ਦਾ ਡਿਸੀਜਨ ਤਾਂ ਫਾਈਨਲ ਹੈ ਇਹ ਤੋਂ ਬਾਅਦ ਤਾਂ ਮੇਰਾ ਕੇਸ ਖਰਾਬ ਹੋ ਗਿਆ ਜਾਂ ਮੇਰੇ ਜਿਹੜਾ ਕੋਈ ਰਿਪਰੈਜ਼ੈਂਟੇਟ ਸੀ ਉਹਨੇ ਕੋਈ ਕਾਗਜ਼ ਗਲਤ ਲਾਤਾ ਜਾਂ ਉਹਨੇ ਜੌਬ ਵਧੀਆ ਨਹੀਂ ਕੀਤੀ ਜਿਹਦੇ ਕਰਕੇ ਮੇਰਾ ਕੇਸ ਰਿਫਿਊਜ਼ ਹੋ ਗਿਆ ਸੋ ਫਿਰ ਬਲੇਮ ਗੇਮ ਸ਼ੁਰੂ ਹੋ ਜਾਂਦੀ ਹੈ ਬਜਾਏ ਉਸ ਦੇ ਉਹ ਜਿਹੜਾ ਅਸਲੀ ਮੁੱਦਾ ਉਹਦੇ ਤੋਂ ਭਟਕ ਕੇ ਜੇ ਉਹ ਅਪੀਲ ਕਰ ਲਾਂ ਤਾਂ ਬਿਲਕੁਲ ਇਹ ਚੀਜ਼ ਦੇ ਵਿੱਚ ਸੁਧਾਰ ਆ ਸਕਦਾ ਕਿਉਂਕਿ ਕੋਰਟ ਦੇ ਵਿੱਚ ਇਹ ਜਿਹੜੀਆਂ ਜਦੋਂ ਡਿਸਕਸ ਹੋਣਗੀਆਂ ਤਾਂ ਬਿਲਕੁਲ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਪਾਸ ਔਨ ਹੋਣਗੀਆਂ ਤੇ ਵੀਜ਼ਾ ਆਫਿਸਸ ਵੀ ਕਾਸ਼ਿਅਸ ਹੋਣਗੇ ਵੀ ਸਾਡੇ ਜਿਹੜੇ ਡਿਸੀਜਨ ਨੇ ਉਹ ਚੈਲੰਜ ਹੋ ਰਹੇ ਨੇ ਜਿਹੜੀਆਂ ਹੁਣ ਤੁਸੀਂ ਆਪਾਂ ਗੱਲ ਕੀਤੀ ਆ ਕਿ ਜਦੋਂ ਕੋਈ ਰਿਫਿਊਜ਼ਲ ਆ ਜਾਂਦੀ ਆ ਬਹੁਤੇ ਲੋਕ ਉਹਨੂੰ ਲੈ ਕੇ ਢੇਰੀ ਠਾ ਕੇ ਬਹਿ ਜਾਂਦੇ ਆ ਕਿ ਹੁਣ ਮੈਂ ਕੀ ਕਰਾਂ ਉਹ ਅਪੀਲ ਨਹੀਂ ਕਰਦੇ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਜੇ ਮੈਂ ਪਿੱਛੇ ਗੱਲ ਕਰਾਂ ਆਪਣੀ ਕੰਟਰੀ ਦੀ ਪੰਜਾਬ ਦੀ ਗੱਲ ਕਰਾਂ ਜਾਂ ਉੱਥੇ ਦੀ ਉੱਥੇ ਕਿਸੇ ਦੀ ਰਿਫਿਊਜ਼ਲ ਵਿਜ਼ਟਰ ਵੀਜ਼ੇ ਤੋਂ ਲੱਗ ਗਈ ਆ ਤੇ ਉਹ ਫਿਰ ਕਹਿੰਦੇ ਆ ਕਿ ਕੰਮ ਬਹੁਤ ਪੈਣਾ ਕਿਉਂਕਿ ਜਿੰਨੇ ਅਪਲਾਈ ਕੀਤਾ ਇਥੋਂ ਉਨੂੰ ਵੀ ਸਾਰੀ ਇਨਫੋਰਮੇਸ਼ਨ ਦੇਣੀ ਪੈਣੀ ਆ ਥੋੜੀ ਹੈਸਲ ਹੁੰਦੀ ਆ ਥੋੜੀ ਜੀ ਤਕਲੀਫ ਹੁੰਦੀ ਕੋਟ ਕਚਹਿਰੀਆਂ ਦੀ ਪਰ ਕਈ ਵਾਰੀ ਇਹ ਗੱਲਾਂ ਹੋ ਜਾਂਦੀਆਂ ਆ ਔਰ ਤੁਹਾਨੂੰ ਜਦੋਂ ਤੁਸੀਂ ਕਲੈਰੀਫਿਕੇਸ਼ਨ ਦੇ ਦਿੰਦੇ ਆ ਪਰ ਹੁਣ ਰਿਫਿਊਜ਼ਲ ਰੇਟ ਇੰਨਾ ਵਧਿਆ ਆ ਤੇ ਹਰ ਇੱਕ ਕੈਟਾਗਰੀ ਦੇ ਵਿੱਚ ਰਿਫਿਊਜ਼ਲ ਆ ਰਹੀਆਂ ਹੈਗੀਆਂ ਸੋ ਮੈਂ ਥੋੜਾ ਜਿਹਾ ਇੱਕ ਇੱਕ ਕੈਟਾਗਰੀ ਤੋਂ ਆਪਾਂ ਕਰਾਂਗੇ ਤੁਸੀਂ ਹੁਣ ਸਟੂਡੈਂਟਾਂ ਦਾ ਟੱਚ ਕੀਤਾ ਸੀ ਕਿ 30000 ਐਪਲੀਕੇਸ਼ਨ ਆ ਹੁਣ ਅਸੀਂ ਗੱਲ ਕਰਦੇ ਆ ਵਿਜ਼ਿਟਰ ਦੀ ਵਿਜ਼ਿਟਰ ਦੀ ਵੀ ਤੁਸੀਂ ਮੈਂਸ਼ਨ ਕਰਤਾ ਪਰ ਇੱਕ ਜਿਹੜਾ ਏਰੀਆ ਹੈਗਾ ਐਚਐਨਸੀ ਜੀ ਲੋਕੀ ਐਚਐਨਸੀ ਦੀਆਂ ਫਾਈਲਾਂ ਬਹੁਤ ਲਾਉਂਦੇ ਆ ਉਹਦਾ ਡਿਸੀਜਨ ਰਾਈਟ ਕਈਆਂ ਨੂੰ ਤਾਂ ਮਿਲਿਆ ਹੀ ਨਹੀਂ ਹੱਲੇ ਸਾਲ-ਸਾਲ ਹੋ ਗਿਆ ਉਹਨਾਂ ਦੀ ਫਾਈਲ ਪਈ ਨੂੰ ਕਈਆਂ ਦਾ ਡਿਸੀਜਨ ਵਿਦਨ 2 ਤੋਂ 3 ਮੰਥ ਆ ਜਾਂਦਾ ਸਿੱਧੀ ਰਿਫਿਊਜ਼ਲ ਲਾ ਕੇ ਜੀ ਇਹਦੇ ਵਿੱਚ ਐਚਐਨਸੀ ਦੇ ਬਾਰੇ ਥੋੜਾ ਜਿਆ ਦੱਸੋ ਕਈ ਲੋਕਾਂ ਦੀ ਇਹ ਧਾਰਨਾ ਆ ਹੁਣ ਕੋਈ ਵਿਜ਼ਿਟਰ ਆਇਆ ਇਸ ਕੰਟਰੀ ਦੇ ਵਿੱਚ ਉਹ ਘੁੰਮਣ ਫੇਰਨ ਆਪਣੀ ਮਰਜ਼ੀ ਨਾਲ ਆਇਆ ਜੀ ਉਹਦੀ ਸਟੱਡੀ ਕਿਸੇ ਕੈਟਾਗਰੀ ਚ ਨਹੀਂ ਆਉਂਦੀ ਉਹ ਕੋ ਵਰਕ ਪਰਮਿਟ ਨਹੀਂ ਲੈ ਹੋਇਆ ਜੀ ਤੇ ਕਈ ਵਾਰੀ ਉਹਨਾਂ ਨੂੰ ਮਿਸ ਗਾਈਡ ਕਰ ਦਿੱਤਾ ਜਾਂਦਾ ਕਿ ਤੁਸੀਂ ਰਿਫਿਊਜੀ ਲਾ ਦਿਓ ਜੀ ਤੇ ਹੁਣ ਆਏ ਤਾਂ ਤੁਸੀਂ ਘੁੰਮਣ ਫੇਰਨੇ ਆ ਰਿਫਿਊਜੀ ਲਾਤਾ ਜੀ ਤੇ ਪਹਿਲਾਂ ਤਾਂ ਕੇਸ ਇੱਥੇ ਤੁਹਾਡਾ ਵੀਕ ਬਣ ਗਿਆ ਉਸ ਤੋਂ ਬਾਅਦ ਜਦੋਂ ਰਿਫਿਊਜੀ ਉਹਨਾਂ ਦਾ ਨਹੀਂ ਉਹ ਮਨਜ਼ੂਰ ਹੁੰਦਾ ਉੱਥੋਂ ਉਹ ਰਿਫਿਊਜ਼ਲ ਆ ਜਾਂਦੀ ਫਿਰ ਉਹਨਾਂ ਨੂੰ ਫੇਰ ਗਲਤ ਗਾਈਡ ਕਰ ਦਿੱਤਾ ਜਾਂਦਾ ਕਿ ਐਚਐਨਸੀ ਚ ਚੱਲ ਜਾਓ ਜੀ ਸੋ ਉੱਥੋਂ ਵੀ ਰਿਫਿਊਜ਼ ਹੋ ਜਾਂਦੇ ਸੋ ਮੇਰੇ ਕੋਲ ਘੱਟ ਤੋਂ ਘਾਟ ਅਮਨਜੀ ਸਾਡੀ ਹੋਪ ਸੇਵਾ ਸੁਸਾਇਟੀ ਆ ਐਚ ਐਨ ਸੀ ਦੀਆਂ ਫਾਈਲਾਂ ਘੱਟੋ ਘਾਟ 25 ᱛੀ ਇਹੋ ਜਿਹੇ ਕੇਸ ਆ ਜਿਹੜੇ ਰਿਫਿਊਜੀ ਤੋਂ ਐਚ ਐਨ ਸੀ ਚ ਗਏ ਆ ਐਚ ਐਨ ਸੀ ਤੋਂ ਉਹਨਾਂ ਤੇ ਰਿਫਿਊਜ਼ ਲੱਗੀਆਂ ਹੈਗੀਆਂ ਸੋ ਥੋੜਾ ਜਿਹਾ ਐਚ ਐਨ ਸੀ ਦਾ ਲੋਕਾਂ ਨੂੰ ਖੁੱਲਕੇ ਦੱਸੋ ਵੀ ਐਚ ਐਨ ਸੀ ਹੈ ਕੀ ਆ ਕੌਣ ਲਾ ਸਕਦਾ ਐਚ ਐਨ ਸੀ ਹਰ ਇੱਕ ਦੇ ਲਈ ਨਹੀਂ ਬਣੀ ਹੋਈ ਐਚ ਐਨ ਸੀ ਸੋ ਥੋੜਾ ਜਿਹਾ ਇਹਦੇ ਬਾਰੇ ਡੀਟੇਲ ਦੇ ਵਿੱਚ ਦੱਸੋ ਜੀ ਜਿਹੜਾ ਹਿਊਮਿਟੇਰੀਅਨ ਕੰਪੈਸ਼ਨਡ ਕਨਸਿਡਰੇਸ਼ਨ ਆ ਉਹ ਇੱਕ ਬੈਕਡੋਰ ਐਂਟਰੀ ਪ੍ਰੋਸੈਸ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਵੀ ਕੋਈ ਕਾਨੂੰਨ ਬਣਦਾ ਹੈਗਾ ਇਹ ਉਹਦੇ ਚ ਹਰ ਇੱਕ ਬੰਦਾ ਉਹਦੇ ਚ ਕਵਰ ਨਹੀਂ ਹੁੰਦਾ ਹੈਗਾ ਕਈਆਂ ਦੇ ਸਰਕਮਸਟੈਂਸਸ ਯੂਨੀਕ ਬਣ ਜਾਂਦੇ ਨੇ ਜਿਹੜੇ ਕਿ ਆਮ ਜਿਹੜੀ ਮੇਨਸਟ੍ਰੀਮ ਜਾਂ ਜਿਹੜੇ ਮੇਨ ਕੈਟੇਗਰੀਜ਼ ਨਹੀਂ ਆਪਸ਼ਨਸ ਰੱਖੀਆਂ ਹੋਈਆਂ ਉਹਦੇ ਚ ਵਿਅਕਤੀ ਜਿਹੜਾ ਹੈਗਾ ਕੁਆਲੀਫਾਈ ਨਹੀਂ ਕਰਦਾ ਹੁੰਦਾ ਬਟ ਉਹਨਾਂ ਲਈ ਵੀ ਇਮੀਗ੍ਰੇਸ਼ਨ ਹੋਣੀ ਜ਼ਰੂਰੀ ਹੁੰਦੀ ਹੈ ਸੋ ਉਹ ਜਿਹੜੀ ਡਿਸੀਜਨ ਹੈ ਉਹ ਕੇਸ ਬਾਈ ਕੇਸ ਬੇਸਿਸ ਲੈ ਜਾਂਦੇ ਨੇ ਜਿਹੜਾ ਹਿਊਮਨਿਟੇਰੀਅਨ ਕੰਪੈਸ਼ਨਡ ਗਰਾਉਂਡ ਹੈ ਇਹਦੇ ਫੈਕਟਰਸ ਜਿਹੜੇ ਰੈਬਿਕ ਫੈਕਟਰਸ ਨੇ ਇਹ ਬਹੁਤ ਵੈਲ ਐਲੈਬੋਰੇਟਡ ਨੇ ਕਿਉਂਕਿ ਹੁਣ ਇਹ 2002 ਤੋਂ ਪ੍ਰੋਸੈਸ ਚੱਲ ਰਿਹਾ ਹੈ ਜਿਹਦੇ ਚ ਲੱਖਾਂ ਹੀ ਕੇਸ ਜਿਹੜੇ ਨੇ ਮਾਫ ਕਰਨਾ ਹਜ਼ਾਰਾਂ ਹੀ ਕੇਸ ਹੈ ਜਿਹੜੇ ਹੁਣਗੇ ਜਿਹੜੇ ਆਪ কোর্ਟਸ ਦੇ ਵਿੱਚ ਗਏ ਹੋਣਗੇ ਕਿਉਂਕਿ ਜਿਹੜੀ ਡੈਫੀਨੇਸ਼ਨ ਹੈ ਸੈਕਸ਼ਨ 25 ਦੇ ਅੰਦਰ ਹਿਮਿਟੇਰੀਅਨ ਕੰਪੈਰਸ਼ਡ ਗਰਾਉਂਡ ਦੇ ਅੰਦਰ ਤੁਸੀਂ ਇੱਕ ਅਪਲੀਕੇਸ਼ਨ ਪਲੀਡ ਪਾਉਣੀ ਹੋ ਤੇ ਜਦੋਂ ਜਿਹੜੀ ਸੈਕਸ਼ਨ 25 ਤੁਸੀਂ ਪੜੋ ਉਹ ਤਾਂ ਬਹੁਤ ਇੱਕ ਜਨਰਿਕ ਚੀਜ਼ ਦੱਸਦੀ ਹੈ ਵੀ ਤੁਸੀਂ ਆਪਦੀਆਂ ਜਿਹੜੀਆਂ ਹਾਰਡਸ਼ਿਪਸ ਦੱਸੋ ਵੀ ਜੇ ਤੁਹਾਡੇ ਇੰਨੇ ਕੰਪੈਲਿੰਗ ਰੀਜ਼ਨ ਨੇ ਤੋਂ ਹਾਰਡਸ਼ਿਪਸ ਨੇ ਜਿੰਦੇ ਕਰਕੇ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਮਿਲਣੀ ਚਾਹੀਦੀ ਹੈ ਔਰ ਇਹਦਾ ਕੋਈ ਏ ਜਿਹੜੀ ਹਾਰਡਸ਼ਿਪਸ ਨੇ ਨੂੰ ਅਲੀਵिएट ਨਹੀਂ ਕੀਤਾ ਜਾ ਸਕਦਾ ਕਿਸੇ ਵੀ ਹੋਰ ਵਜ੍ਹਾ ਕਰਕੇ ਆਦਰ ਦੈਨ ਤੁਹਾਨੂੰ ਇਮੀਗ੍ਰੇਸ਼ਨ ਦਿੱਤੀ ਜਾਵੇ ਔਰ ਇਹ ਜਿਹੜੀਆਂ ਹਾਰਡਸ਼ਿਪਸ ਨੇ ਇਹਦੇ ਨਾਲ ਜਿਵੇਂ ਬੈਸਟ ਇੰਟਰਸਟ ਆਫ ਦਾ ਚਾਈਲਡ ਹੈ ਇਹਨੂੰ ਸਭ ਤੋਂ ਜ਼ਿਆਦਾ ਵੇਟ ਦਿੱਤਾ ਜਾਂਦਾ ਹੈ ਇਹ ਵਨ ਆਫ ਦਾ ਫੈਕਟਰ ਹੈ ਇਹਨੂੰ ਸਭ ਤੋਂ ਜ਼ਿਆਦਾ ਕੰਸੀਡਰ ਕਰਨ ਵੇਲੇ ਫੈਕਟਰ ਰੱਖਿਆ ਜਾਂਦਾ ਤੋ ਇਸ ਤੋਂ ਬਾਅਦ ਇਹ ਵੀ ਦੱਸਿਆ ਜਾਂ ਦੇਖਿਆ ਜਾਂਦਾ ਵੀ ਤੁਹਾਡੇ ਕੋਲ ਕੋਈ ਆਲਟਰਨੇਟ ਹੋਰ ਆਪਸ਼ਨ ਹੈ ਜਿਹਦੇ ਨਾਲ ਤੁਹਾਡੀ ਜਿਹੜੀ ਇਹ ਹਾਰਡਸ਼ਿਪਸ ਨੂੰ ਨੂੰ ਅਲੀਵिएट ਕੀਤਾ ਜਾ ਸਕੇ ਨਾਓ ਇਹ ਜਿਹੜੇ ਸਾਰੇ ਟੈਸਟ ਨੇ ਇਹ ਟੈਸਟ ਮੀਟ ਕਰਨ ਲਈ ਤੁਹਾਨੂੰ ਤੁਹਾਡੇ ਕੋਲ ਕੋਈ ਕੰਪੈਲਿੰਗ ਐਵੀਡੈਂਸ ਚਾਹੀਦਾ ਹੁੰਦਾ ਨਾਓ ਜਿਹੜੇ ਰਿਫਿਊਜੀ ਦੀ ਆਪਾਂ ਗੱਲ ਕਰ ਰਹੇ ਹਾਂ ਜਦੋਂ ਉਹਨਾਂ ਦਾ ਕੇਸ ਫੇਲ ਹੋ ਜਾਂਦਾ ਹੈ ਜਾਂ ਜਿਹੜੀ ਰਿਫਿਊਜੀ ਅਪੀਲ ਡਿਵੀਜ਼ਨ ਆਰਡੀ ਤੋਂ ਉੱਥੋਂ ਵੀ ਉਹ ਕੇਸ ਖਾਰ ਜਾਂਦੇ ਨੇ ਉਸ ਸਿਨੈਰੀਓ ਦੇ ਵਿੱਚ ਐਚ ਐਨ ਸੀ ਐਪਲੀਕੇਸ਼ਨ ਐਪਲੀਕੇਸ਼ਨ ਲਈ ਜਾ ਸਕਦੀ ਹੈ ਉਹ ਐਪਲੀਕੇਸ਼ਨ ਤੁਸੀਂ ਕਰ ਹੀ ਸਕਦੇ ਹੋ ਆਫ ਕੌਰਸ ਪਰ ਉਹ ਉਹ ਜਿਹੜੀ ਐਪਲੀਕੇਸ਼ਨ ਆ ਤੁਹਾਨੂੰ ਸਟੇ ਨਹੀਂ ਦਵਾ ਸਕਦੀ ਮੀਨਸ ਜਦੋਂ ਤੁਸੀਂ ਕੋਈ ਜਦੋਂ ਕੋਈ ਰਿਫਿਊਜੀ ਹੈ ਅ ਅਸਾਈਲਮ ਸੀਕ ਕਰਦੇ ਹੈ ਜਿੰਨੀ ਦੇਰ ਉਹ ਪ੍ਰੋਟੈਕਟਿਡ ਪਰਸਨ ਨਹੀਂ ਬਣਦੇ ਜਿਹਨੂੰ ਕੋਰਟ ਰੈਕੋਗਨਾਈਜ਼ ਕਰਦਾ ਵੀ ਇਹ ਪ੍ਰੋਟੈਕਟਿਡ ਪਰਸਨ ਹੈ ਹੀアリング ਤੋਂ ਬਾਅਦ ਉਨੀ ਦੇਰ ਤੁਹਾਡਾ ਜਿਹੜਾ ਰਿਮੂਵਲ ਆਰਡਰ ਹੈ ਉਹ ਅੰਡਰਸਟੇ ਹੁੰਦਾ ਕਿਉਂਕਿ ਰਿਮੂਵਲ ਆਰਡਰ ਤਾਂ ਤੁਹਾਨੂੰ ਡੇ 1 ਤੋਂ ਹੀਸ਼ੂ ਹੋਇਆ ਹੁੰਦਾ ਜਦੋਂ ਤੁਹਾਡੇ ਜਿਹੜਾ ਤੁਸੀਂ ਆਪ ਦਾ ਸਾਇਲਮ ਕੇਸ ਫਾਈਲ ਕਰ ਦਿਓ ਉਨੀ ਦੇਰ ਰਿਮੂਵਲ ਆਰਡਰ ਕਿ ਕਿੰਨੀ ਕਰਦਾ ਜਾਂ ਸਸਪੈਂਡਡ ਹੁੰਦਾ ਜਿੰਨੀ ਦੇਰ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੁਹਾਨੂੰ ਸਾਰੀਆਂ ਪ੍ਰਿਵਿਲੇਜਸ ਦੇ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਸੋ ਉਹ ਜਦੋਂ ਕੋਰਟ ਦਾ ਫੈਸਲਾ ਆ ਗਿਆ ਤੁਹਾਡੇ ਖਿਲਾਫ ਆ ਗਿਆ ਤਾਂ ਉਹ ਰਿਮੂਵਲ ਆਰਡਰ ਤੁਹਾਡੇ ਖਿਲਾਫ ਜਿਹੜਾ ਕਿਕ ਇਨ ਕਰਦਾ ਉਸ ਤੋਂ ਬਾਅਦ ਜੇ ਤੁਸੀਂ ਪ੍ਰਾਰ ਜਿਹੜਾ ਪ੍ਰੀ ਰਿਸਕ ਰਿਮੂਵਲ ਅਸੈਸਮੈਂਟ ਆ ਪਰਾ ਲਈ ਤੁਸੀਂ ਕੁਆਲੀਫਾਈ ਕਰਦੇ ਹੋ 1 ਸਾਲ ਦੇ ਬਾਅਦ ਜਿਹੜਾ ਜਦ ਤੁਹਾਨੂੰ ਐਂਟਰੀ ਤੋਂ ਜਦ ਤੁਸੀਂ ਕਲੇਮ ਫਾਈਲ ਕੀਤਾ ਅੰਟਿਲ ਤੁਹਾਨੂੰ 1 ਸਾਲ ਹੋ ਗਿਆ ਔਰ ਯੂਜੂਲੀ ਜਿਹੜੇ ਡਿਸੀਜਨ 1 ਸਾਲ ਤੋਂ ਬਾਅਦ ਹੀ ਆਉਂਦੇ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਪਰਾ ਜਿਹੜਾ ਹੈਗਾ ਤੁਹਾਨੂੰ ਤੁਸੀਂ ਐਲੀਜੀਬਲ ਹੋ ਜਾਨੇ ਹੋ ਤੇ ਪਰਾ ਦੀ ਐਪਲੀਕੇਸ਼ਨ ਤੁਸੀਂ ਦਾਇਰ ਕਰਦੇ ਹੋ ਪਰਾ ਦੀ ਐਪਲੀਕੇਸ਼ਨ ਦਾ ਜਿੰਨਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੁਹਾਡੀ ਜਿਹੜੀ ਸਟੇ ਹੈ ਉਹ ਜਿਹੜੀ ਰਿਮੂਵਲ ਤੇ ਸਟੇ ਲੱਗੀ ਰਹਿੰਦੀ ਹੈ ਲਾਗੂ ਰਹਿੰਦੀ ਹੈ ਪਰ ਐਚ ਐਂਡ ਸੀ ਕਰਕੇ ਉਹ ਸਟੇ ਜਿਹੜੀ ਹੈ ਲਾਗੂ ਨਹੀਂ ਰਹਿੰਦੀ H&C ਦਾ ਸਿਰਫ ਇੱਕ ਰੈਮੈਡੀ ਸੀ ਕਰ ਰਹੇ ਹਾਂ ਤੁਸੀਂ ਵੀ ਮੈਨੂੰ ਪਰਮਨੈਂਟ ਇਮੀਗ੍ਰੇਸ਼ਨ ਦੇ ਦਿਓ ਜਿਹੜੀ ਚੀਜ਼ ਮੇਰੀ ਪਹਿਲਾਂ ਕੋਰਟ ਨੇ ਹੇਅਰ ਕੀਤੀ ਸੀਗੀ ਅ ਅਪੀਲ ਦੇ ਦੌਰਾਨ ਉਹ ਮੈਂ ਰੀ ਇੱਕ ਯੂ نو ਐਡਰੈਸ ਕਰ ਰਿਹਾ ਹਾਂ ਇਸ ਇਸ਼ੂ ਨੂੰ ਦੁਬਾਰਾ ਐਡਰੈਸ ਕਰ ਰਿਹਾ ਜਿਹਦੇ ਵਿੱਚ ਦੁਬਾਰਾ ਜਦੋਂ ਅ ਰੀ ਵਿਜ਼ਿਟ ਕੀਤਾ ਜਾਂਦਾ ਹੈ ਡਿਸੀਜਨ ਨੂੰ ਤਾਂ ਬਹੁਤ ਘੱਟ ਚਾਂਸਸ ਹੈ ਅਪਲੀਕੇਸ਼ਨ ਅਪਰੂਵ ਹੋਵੇ ਪੀਰੀਅਡਿਕ ਕੇਸ ਦੇ ਵਿੱਚ ਅਪਰੂਵਲ ਬਹੁਤ ਵਧਿਆ ਹੋਇਆ ਹੈ ਉਹਦਾ ਸਿੰਪਲ ਰੀਜ਼ਨ ਹੈਗਾ ਕਿਉਂਕਿ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਵੀ ਪੇਰੈਂਟਸ ਇੱਕ ਦਾ ਬੈਸਟ ਇੰਟਰਸਟ ਆਫ ਦਾ ਚਾਈਲਡ ਕੰਪੋਨੈਂਟ ਆ ਉਹਦੇ ਚ ਉਹਨਾਂ ਦਾ ਜਿਵੇਂ ਕਾਫੀ ਜ਼ਿਆਦਾ ਜਿਹੜੀ ਡਿਸੀਜਨ ਹੈ ਉਹ ਉਹ ਫੇਵਰ ਕਰਦਾ ਉਹਨਾਂ ਨੂੰ ਬਿਕਾਜ਼ ਉਹਨਾਂ ਨੇ ਆਪਣੇ ਜਿਹੜੇ ਪੇਰੈਂਟ ਤੇ ਚਾਈਲਡ ਰਿਲੇਸ਼ਨਸ਼ਿਪ ਹੈ ਗ੍ਰੈਂਡ ਬੱਚਿਆਂ ਨਾਲ ਉਹ ਕ੍ਰੀਏਟ ਕਰ ਲਿਆ ਹੁੰਦਾ ਇਸ ਤੋਂ ਇਲਾਵਾ ਜਿਹੜੇ ਪੇਰੈਂਟਸ ਨੇ ਜਦੋਂ ਉਹ ਏਜ ਇੱਕ ਦਾ ਬਹੁਤ ਵੱਡਾ ਫੈਕਟਰ ਹੁੰਦਾ ਕਿਉਂਕਿ ਉਹਨਾਂ ਦੀ ਏਜ ਹੋਗੀ ਹੁੰਦੀ ਹੈ ਇਸ ਤੋਂ ਸਭ ਤੋਂ ਵੱਡਾ ਫੈਕਟਰ ਹੈਗਾ ਜਿਹੜਾ ਲੋਟਰੀ ਸਿਸਟਮ ਹੈ ਲੋਟਰੀ ਸਿਸਟਮ ਕਰਕੇ ਕਿਉਂਕਿ ਕਾਫੀ ਜੀਆਂ ਫੈਮਿਲੀਜ਼ ਨੇ ਜਿਹੜੀ ਲੋਟਰੀ ਸਿਸਟਮ 'ਚ ਬਾਰ-ਬਾਰ ਐਪਲੀਕੇਸ਼ਨ ਦਾਇਰ ਕਰੀ ਜਾ ਰਹੀਆਂ ਨੇ ਤਾਂ ਉਹਨਾਂ ਕੋਲ ਕੋਈ ਰੈਮੇਡੀ ਨਹੀਂ ਹੁੰਦੀ ਰੈਮੇਡੀ ਸਿਰਫ ਇੱਕੋ ਹੁੰਦੀ ਹੈ ਸੁਪਰ ਵੀਜ਼ਾ ਨਾ ਸੁਪਰ ਵੀਜ਼ਾ ਜਿਹੜੀ ਉਹ ਟੈਂਪਰੀ ਨੇਚਰ ਦੀ ਐਪਲੀਕੇਸ਼ਨ ਹੈ ਜਿਹੜਾ ਡਿਸੀਜਨ ਵੀ ਹੁੰਦਾ ਉਹ ਲਿਖਿਆ ਜਾਂਦਾ ਵੀ ਤੁਸੀਂ ਸੁਪਰ ਵੀਜ਼ਾ ਇੱਕ ਆਲਟਰਨੇਟ ਆਪਸ਼ਨ ਹੈ اور ਸੁਪਰ ਵੀਜ਼ਾ ਆਲਟਰਨੇਟ অপਸ਼ਨ ਨਹੀਂ ਹੈ ਸੁਪਰ ਵੀਜ਼ਾ ਤਾਂ ਇੱਕ ਟੈਂਪਰਰੀ অপਸ਼ਨ ਹੈ ਜਿਹੜਾ ਕਿ ਤੁਹਾਡੇ ਪੇਰੈਂਟਸ ਕੈਨੇਡਾ ਦੇ ਵਿੱਚ ਰਹਿ ਸਕਦੇ ਨੇ ਸੋ ਉਸ ਕਰਕੇ ਜਿਹੜੇ ਐਚ ਐਨ ਸੀ ਦੇ ਕੇਸਸ ਨੇ ਪੇਰੈਂਟਸ ਦੇ ਕੇਸਸ ਦੇ ਵਿੱਚ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਡਿਸੀਜਨਸ ਆਉਂਦੇ ਨੇ ਐਸ ਕੰਪੇਅਰਡ ਟੂ ਜਿਹੜੀਆਂ ਬਾਕੀ ਐਪਲੀਕੇਸ਼ਨ ਨੇ ਜਦੋਂ ਮੈਂ ਪੇਰੈਂਟਸ ਦੀ ਐਪਲੀਕੇਸ਼ਨ ਦੀ ਜ਼ਿਕਰ ਕਰਦਾ ਉਹਦੇ ਵਿੱਚ ਵੀ ਫੈਕਟਰਸ ਦੇਖੇ ਜਾਂਦੇ ਨੇ ਉਹ ਇਹ ਨਹੀਂ ਹੈਗਾ ਵੀ ਤੁਸੀਂ ਜੇ ਤੁਹਾਡਾ ਲੋਟਰੀ ਚ ਐਪਲੀਕੇਸ਼ਨ ਤੁਹਾਡੀ ਐਕਸੈਪਟ ਨਹੀਂ ਹੋ ਰਹੀ ਤਾਂ ਤੁਸੀਂ ਫਟਾਫਟ ਕੈਚ ਐਨ ਸੀ ਲਾਲ ਹੋ ਜਾ ਉਹਨੂੰ ਇੱਕ ਆਲਟਰਨੇਟ ਰੈਮਡੀ ਸਮਝੋ ਉਹਦੇ ਲਈ ਵੀ ਸਪੈਸੀਫਿਕ ਕੁਝ ਫੈਕਟਰਸ ਨੇ ਜਿਹਦੇ ਬਾਅਦ ਇਹ ਅਸੈਸ ਕੀਤਾ ਜਾ ਸਕਦਾ ਜਿਹੜੀ ਤੁਹਾਨੂੰ ਕੰਪੀਟੈਂਟ ਕੋਈ ਐਡਵਾਈਸ ਦੇ ਸਕਦੇ ਨੇ ਆ ਜਿਹੜੇ ਕੇਸਸ ਨੂੰ ਹੈਂਡਲ ਕਰਦੇ ਨੇ ਤੇ ਵੀ ਤੁਹਾਡੇ ਚਾਂਸਸ ਕੀ ਨੇ ਕਿਹੜਾ ਫੈਕਟਰ ਤੁਹਾਡਾ ਪੋਜ਼ਿਟਿਵ ਹੈ ਕਿਹੜਾ ਫੈਕਟਰ ਤੁਹਾਡੇ ਖਿਲਾਫ ਜਾ ਸਕਦਾ ਉਹਦੇ ਬੇਸਿਸ ਤੇ ਮਿਨਿਸਟਰ ਡੈਲੀਗੇਟ ਡਿਸੀਜਨ ਲੈਂਦੇ ਨੇ ਜੇ ਤੁਹਾਡੇ ਫੇਵਰ ਚੋ ਡਿਸੀਜਨ ਆ ਜਾਂਦਾ ਤੁਹਾਨੂੰ ਸਪੈਸ਼ਲ ਰੀਲੀਫ ਗ੍ਰਾਂਟ ਹੋ ਜਾਂਦਾ ਤਾਂ ਫਿਰ ਤੁਹਾਡੇ ਪੇਰੈਂਟਸ ਇੱਥੇ ਵਰਕ ਪਰਮਿਟ ਵੀ ਲੈ ਸਕਦੇ ਨੇ ਪਲੱਸ ਉਹ ਆਪਣੀ ਜਿਹੜੀ ਇਮੀਗ੍ਰੇਸ਼ਨ ਆਫ ਕੋਰਸ ਉਹ ਲੈ ਸਕਦੇ ਨੇ ਜਿਹੜੇ ਫੈਸਲੇ ਤੁਸੀਂ ਕਹਿ ਰਹੇ ਹੋ ਵੀ ਬਹੁਤ ਫੈਸਲੇ ਕੁਇਕ ਆ ਰਹੇ ਨੇ ਉਹਨਾਂ 'ਚ ਕੀ ਹੁੰਦਾ ਜਿਹੜੇ ਇੰਟਰਨਲ ਜਿਵੇਂ ਆਫਿਸਿਸ ਨੇ ਪਹਿਲਾਂ ਇੱਕੀ ਆਫਿਸ ਸੀਗਾ ਅਲਬਰਟਾ ਜਿਹੜਾ ਇਹਦਾ ਡਿਸੀਜਨ ਲੈਂਦਾ ਸੀ ਫਰਸਟ ਸਟੇਜ ਤੋਂ ਹੁਣ ਸਰਕਾਰ ਨੇ ਇਹਨਾਂ ਨੂੰ ਡਿਫਰੈਂਟ ਆਫਿਸਿਸ ਨੂੰ ਵੰਡਤਾ ਜਿਹੜੇ ਆਫਿਸਿਸ ਘੱਟ ਬਿਜ਼ੀ ਨੇ ਸੋ ਕਈ ਦਫਾ ਜੇ ਫਾਈਲ ਤੁਹਾਡੀ ਘੱਟ ਬਿਜ਼ੀ ਆਫਿਸ ਚਲੀ ਜਾਂਦੀ ਹੈ ਤਾਂ ਉਥੋਂ ਡਿਸੀਜਨ ਜਿਹੜਾ ਹੈਗਾ ਉਹ ਛੇਤੀ ਆ ਜਾਂਦਾ ਅੱਛਾ ਹੁਣ ਅਮਨ ਜੀ ਬਹੁਤ ਸਾਰੀਆਂ ਕੇਸਿਸ ਜਿਹੜੇ ਹੈਗੇ ਆ ਉਹ ਡਿਮੈਂਟਨ ਦੇ ਵਿੱਚ ਗਏ ਆ ਲੋਕਾਂ ਦੇ ਜਦੋਂ ਵੀ ਕੋਈ ਗੱਲ ਹੁੰਦੀ ਆ ਤੇ ਉਹ ਕਹਿੰਦੇ ਕਿ ਤੁਹਾਡੀ ਫਾਈਲ ਐਡਮੈਂਟਨ ਗਈ ਆ ਸੋ ਐਡਮੈਂਟਨ ਜਿਹੜੀਆਂ ਫਾਈਲਾਂ ਜਾਂਦੀਆਂ ਉਹਨਾਂ ਦੇ ਬਾਰੇ ਥੋੜਾ ਜਿਆਦਾ ਦੱਸੋ ਕਿਉਂਕਿ ਮੈਨੂੰ ਸਵਾਲ ਵੀ ਇਹ ਆਇਆ ਕਿ ਸਾਡੀ ਫਾਈਲ 2 ਸਾਲ ਤੋਂ ਜਦੋਂ ਵੀ ਅਸੀਂ ਉਹਦੀ ਇਨਕੁਆਰੀ ਕਰਦੇ ਉਹ ਕਹਿੰਦੇ ਅੰਡਰ ਇਨਕੁਆਰੀ ਆ ਪਰ ਐਡਮੈਂਟਨ ਦੇ ਵਿੱਚ ਆ ਸੋ ਥੋੜਾ ਜਿਆਦਾ ਇਸ ਬਾਰੇ ਦੱਸਿਓ ਜੀ ਐਡਮੈਂਟਨ ਜਿਹੜਾ ਆਫਿਸ ਹੈਗਾ ਹੀ ਉੱਥੇ ਇੰਟੈਗ੍ਰਿਟੀ ਬ੍ਰਾਂਚ ਹੈ ਸੋ ਗਵਰਨਮੈਂਟ ਨੇ ਕੀ ਕੀਤਾ ਸੀਗਾ ਪਹਿਲਾਂ ਕੀ ਹੁੰਦਾ ਸੀਗਾ ਜਿਹੜੀ ਇੰਟੈਗ੍ਰਿਟੀ ਬ੍ਰਾਂਚ ਸੀ ਉਹ ਸੈਂਟਰਲਾਈਜ਼ ਨਹੀਂ ਹੁੰਦੀ ਸੀ ਹੁਣ ਗਵਰਨਮੈਂਟ ਨੇ ਸੈਂਟਰ ਇਨਟੈਗ੍ਰਿਟੀ ব্রাঞ্চ ਕਰਦੀ ਹੈ ਤੋਂ ਸਪੈਸ਼ਲਾਈਜ਼ ਕਰਦੀ ਹੈ ਇਨਵੈਸਟੀਗੇਸ਼ਨਸ ਨੂੰ ਲੈ ਕੇ ਸੋ ਜਿਹੜੇ ਵੀ ਕੇਸਿਸ ਦੇ ਉੱਤੇ ਇੱਕ ਦੇਖੋ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ ਚਾਹੇ ਉਹ ਆਨਲਾਈਨ ਐਪਲੀਕੇਸ਼ਨ ਆ ਬਾਈ ਮੇਲ ਤੁਸੀਂ ਐਪਲੀਕੇਸ਼ਨ ਭੇਜੀ ਹੈ ਕਿਤੋਂ ਵੀ origin ਹੋਗੀ ਵੀ ਤੁਹਾਡੀ ਫਾਈਲ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਮਿਸ ਰਿਪਰੈਜ਼ੈਂਟੇਸ਼ਨ ਇਨਵੋਲ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ origin ਸਮਝਣੀ ਜ਼ਰੂਰੀ ਹੈ ਵੀ origin ਤੋਂ ਕੀ ਪਾਬ ਹੈ origin ਤੋਂ ਪਾਬ ਹੈ ਜਿਹੜੀ ਮਿਸ ਰਿਪਰੈਜ਼ੈਂਟੇਸ਼ਨ ਦੇ ਕੌਨਸੀਕਵੈਂਸਸ ਨੇ ਕਿਸੇ ਵੀ origin ਤੋਂ ਹੋਣ ਪਰ ਉਹਦੇ ਕੌਨਸੀਕਵੈਂਸਸ ਐਪਲੀਕੈਂਟ ਨੂੰ ਬੀਰ ਕਰਨੇ ਪੈਂਦੇ ਨੇ ਕਾਨੂੰਨ ਇਹ ਕਹਿੰਦਾ ਹੀ ਨਾਓ ਜਿਹੜੀ origin ਹੈ ਉਹ ਹੋ ਸਕਦੀ ਹੈ ਜਿਹੜਾ ਐਪਲੀਕੈਂਟ ਖੁਦ ਇਨਫੋਰਮੇਸ਼ਨ ਦੇ ਰਿਹਾ ਸੈਕੰਡ origin ਬਣ ਸਕਦੀ ਹੈ ਜੇ ਐਪਲੀਕੈਂਟ ਦਾ ਕੋਈ ਰਿਪਰੈਜ਼ੈਂਟੇਟਿਵ ਆ ਕਾਉਂਸਲ ਆ ਉਹ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਥਰਡ ਹੈ ਹੋ ਸਕਦੀ ਹੈ ਜੇ ਇਮੀਗ੍ਰੇਸ਼ਨ ਕਿਸੇ ਤੋਂ ਇਨਫੋਰਮੇਸ਼ਨ ਡਿਮਾਂਡ ਕਰਦੀ ਹੈ ਉਹ ਪਾਰਟੀ ਜੇ ਕੋ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਉਹਦਾ ਕਨਸੀਕਵੈਂਸ ਵੀ ਐਪਲੀਕੈਂਟ ਨੂੰ ਪਹੁੰਚਣਾ ਪਊਗਾ ਭਾਵੇਂ ਕਿ ਐਪਲੀਕੈਂਟ ਨੂੰ ਉਹਦੀ ਬਿਲਕੁਲ ਜਾਣਕਾਰੀ ਨਹੀਂ ਹੁੰਦੀ فرض ਕੀਤਾ ਅ ਏ EMPLOER ਤੋਂ ਇਨਫੋਰਮੇਸ਼ਨ ਡਾਇਰੈਕਟਲੀ ਮੰਗ ਲਈ ਜਿਹੜਾ ਇਮੀਗ੍ਰੇਸ਼ਨ ਹੈ EMPLOER ਨੇ ਕੋਈ ਕਾਗਜ਼ ਆਪਣੇ ਡਾਕੂਮੈਂਟਸ ਝੂਠੇ ਦਿੱਤੇ ਸੋ ਉਹਦਾ ਕਨਸੀਕਵੈਂਸ ਵੀ ਐਪਲੀਕੈਂਟ ਤੇ ਪਏਗਾ ਭਾਵੇਂ ਉਹਨੂੰ ਇਹ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਇਸ ਤੋਂ ਇਲਾਵਾ ਜਿਹੜੀ ਚੌਥੀ ਕੈਟਾਗਰੀ ਹੋ ਸਕਦੀ ਹੈ ਉਹ ਹੋ ਸਕਦੀ ਹੈ ਜਿਹੜੀਆਂ ਐਪਲੀਕੇਸ਼ਨ ਜਦੋਂ ਤੁਸੀਂ ਜਿਸ ਤਰ੍ਹਾਂ ਦਾਇਰ ਕਰਦੇ ਹੋ ਤੁਹਾਡੇ ਬਿਹਫ ਤੇ ਤੁਸੀਂ ਆਪਣਾ ਰਿਲੇਟਿਵ ਹੈ ਜਾਂ ਕੋਈ ਤੁਸੀਂ ਤੁਹਾਡੇ ਕੋਈ ਫਰੈਂਡ ਨੇ ਉਹ ਐਪਲੀਕੇਸ਼ਨ ਭਰ ਕੇ ਭੇਜ ਦਿੰਦੇ ਨੇ ਉਹਨਾਂ ਦੇ ਵੱਲੋਂ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਉਹ ਵੀ ਜਿਹੜੀ ਹੈ ਮਿਸ ਰਿਪਰੈਜੈਂਟੇਸ਼ਨ ਔਰਿਜਿਨ ਹੋ ਸਕਦੀ ਹੈ ਇੱਕ ਕਾਰਨ ਹੁੰਦਾ ਜਿਹੜਾ ਉਹ ਹੁੰਦਾ ਓਪਨ ਸੋਰਸ ਮਤਲਬ ਤੁਹਾਡੀ ਕੋਈ ਐਪਲੀਕੇਸ਼ਨ ਗਈ ਔਰ ਇਮੀਗ੍ਰੇਸ਼ਨ ਨੇ ਇਨਫੋਰਮੇਸ਼ਨ ਨੂੰ ਗੂਗਲ ਕੀਤਾ ਜਾਂ ਕਿਤੇ ਤੋਂ ਵੀ ਓਪਨ ਸੋਰਸ ਤੋਂ ਇਨਫੋਰਮੇਸ਼ਨ ਕੱਢੀ ਜਿਹੜੀ ਕਿ ਮਿਸਲੀਡਿੰਗ ਹੋ ਸਕਦੀ ਹੈ ਨਾਓ ਇਹਦਾ ਬਾਦ ਸਰਕਾਰ ਨੇ ਇਹਦਾ ਪਾਲਿਸੀ ਇੰਟੈਂਟ ਬਣਾਇਆ ਹੋਇਆ ਤਾਂ ਸਰਕਾਰ ਕੀ ਕਰਦੀ ਹੈ ਜਦੋਂ ਕੋਈ ਵੀ ਰੈੱਡ ਫਲੈਗ ਹੁੰਦੀ ਹੈ ਫਾਈਲ ਇਸ ਤੋਂ ਇਲਾਵਾ ਟਿਪ ਜੇ ਕੋਈ ਦੇ ਦਿੰਦਾ فرض ਕੀਤਾ ਤੁਹਾਡੇ ਕੇਸ ਦੇ ਵਿੱਚ ਤਾਂ ਫਿਰ ਉਹ ਆਟੋਮੈਟਿਕਲੀ ਇੰਟੈਗ੍ਰਿਟੀ ਬ੍ਰਾਂਚ ਨੂੰ ਕੇਸ ਚਲਾਇਆ ਜਾਂਦਾ ਬਿਕਾਜ਼ ਕੀ ਹੁੰਦਾ ਸੀਗਾ ਜਦੋਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਡਿਸੀਜਨ ਲਈ ਜਾਂਦੇ ਸੀ ਜਦੋਂ ਜਿਹੜੇ ਮੇਨ ਡਿਸੀਜਨ ਮੇਕਰਸ ਆ ਜਿਹੋ ਬੈਕਲੌਗ ਦੇ ਵਿੱਚ ਆ ਜਾਂਦੇ ਆ ਤੋ ਕਾਫੀ ਜਿਹੜਾ ਵਰਕਲੋਡ ਆ ਉਹ ਪਾਇਲ ਅਪ ਹੋ ਜਾਂਦਾ ਜਿਹੜੇ ਅਦਰ ਕੈਂਡੀਡੇਟਸ ਨੇ ਜਿਨ੍ਹਾਂ ਦਾ ਕੇਸ ਬਿਲਕੁਲ ਕਲੀਅਰ ਕੇਸ ਨੇ ਉਹਨਾਂ ਦਾ ਡਿਸੀਜਨ ਵੀ ਡਿਲੇ ਹੁੰਦਾ ਬਿਕੋਜ਼ ਆਫ ਦੋਜ਼ ਇਨਵੈਸਟੀਗੇਸ਼ਨਸ ਤੋ ਇਸ ਕਰਕੇ ਜਿਹੜਾ ਸਰਕਾਰ ਨੇ ਇੰਟੈਗ੍ਰਿਟੀ ਬ੍ਰਾਂਚ ਹੀ ਐਡਮਿੰਟਨ ਜਿ ਬੜਾਤੀ ਸੋ ਇੱਕ ਪਹਿਲਾ ਸਾਈਨ ਹੁੰਦਾ ਜਦੋਂ ਵੀ ਕਿਸੇ ਕੇਸ ਕਿਸੇ ਦਾ ਕੇਸ ਐਡਮਿਟਨ ਜਾਂਦਾ ਸਮਝੋ ਵੀ ਤੁਹਾਡੇ ਕੇਸ ਦੇ ਵਿੱਚ ਕੋਈ ਨਾ ਕੋਈ ਇਸ਼ੂ ਇਨਵੋਲ ਹੈ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਬਿਲਕੁਲ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦਾ ਜਿਹੜਾ ਫੁੱਲ ਡਿਸਕਲੋਜ਼ਰ ਹੈ ਉਹ ਇਮੀਗ੍ਰੇਸ਼ਨ ਨੂੰ ਦੇਣਾ ਪੈਂਦਾ ਕਿਉਂਕਿ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈ ਉਹ ਟਰਾਂਸਪੇਰੈਂਟ ਸਿਸਟਮ ਹੈ ਉਹਦੇ ਚ ਇਹ ਨਹੀਂ ਹੈਗਾ ਵੀ ਕੋਈ ਹਿਡਨ ਸਿਸਟਮ ਹੈ ਤੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਡਿਸਕਲੋਜ਼ ਕੀਤੀ ਜਾਊਗੀ ਪੋਲਿਸੀ ਇਨਟੈਂਟ ਹੈ ਕਹਿੰਦਾ ਵੀ ਜਦੋਂ ਵੀ ਤੁਹਾਡੇ ਕੇਸ ਤੇ ਉਹਦਾ ਫੈਸਲਾ ਹੋਏਗਾ ਤਾਂ ਦੂਜੀ ਪਾਰਟੀ ਨੂੰ ਉਹਨੂੰ ਕਹਿੰਦੇ ਨੇ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਉਹਨੂੰ ਵੀ ਆਬਜ਼ਰਵ ਕਰਨਾ ਪੈਂਦਾ ਉਹਦਾ ਮਤਲਬ ਹੈਗਾ ਦੂਜੀ ਪਾਰਟੀ ਨੂੰ ਤੁਸੀਂ ਪਹਿਲਾਂ ਇੰਟੈਂਡ ਟੂ ਰਿਫਿਊਜ਼ ਦੱਸੋ ਰੀਜ਼ਨ ਦੋ ਵੀ ਕਿਉਂ ਰਿਫਿਊਜ਼ ਕਰਨ ਜਾ ਰਹੇ ਹੋ ਤੇ ਉਹ ਤੋਂ ਬਾਅਦ ਉਹਦਾ 30 ਦਿਨਾਂ ਦਾ ਸਮਾਂ ਜਿਹੜਾ ਸਟੈਂਡਰਡ ਸਮਾਂ ਦਿੱਤਾ ਜਾਂਦਾ 30 ਦਿਨਾਂ ਦੇ ਵਿੱਚ ਵਿੱਚ ਉਹਨੂੰ ਕਿਹਾ ਜਾਂਦਾ ਵੀ ਰਿਸਪੌਂਡ ਕਰੋ ਜੇ ਇਨਸਾਈਡ ਕੈਨੇਡਾ ਦਾ ਤਾਂ ਕਈ ਵਾਰ ਇਹਨੂੰ ਘਟਾ ਕੇ 15 ਦਿਨ ਕਰਤਾ ਜਾਂਦਾ ਪਰ ਜਿਹੜਾ ਸਮਾਂ ਹੈਗਾ ਉਹ ਤੁਹਾਡੇ ਤੇ ਵੀ ਹੈ ਬਿਕੋਜ਼ ਸਰਕਾਰ 2 ਸਾਲਾ ਮਾਦ ਐਪਲੀਕੇਸ਼ਨ ਖੋਲ ਕੇ ਤੁਹਾਨੂੰ ਕਹਿੰਦੀ ਹੈ 15 ਦਿਨਾਂ ਚ ਮੇਰੀ ਇਨਫੋਰਮੇਸ਼ਨ ਭੇਜੋ ਉਹਦੇ ਚ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਜੇ ਤੁਹਾਨੂੰ ਵੱਧ ਸਮਾਂ ਚਾਹੀਦਾ ਹੈ ਜਾਂ 3 ਕਿਉਂਕਿ ਇੱਕ ਥੋੜੇ ਕੋਲ 1 ਟਾਈਮ ਚਾਂਸ ਹੁੰਦਾ ਸੋ ਜੇ ਤੁਸੀਂ ਇਸ ਚਾਂਸ ਨੂੰ ਐਦਾਂ ਸਿਰਫ ਸਮੇਂ ਦੇ ਪ੍ਰੈਸ਼ਰ ਚ ਫਾਈਲ ਕਰ ਦਦੇ ਹੋ ਸਿਰਫ ਇਹ ਦੇ ਕੇ 15 ਦਿਨਾਂ ਤਾਂ ਮੈਂ 15 ਦਿਨਾਂ ਚ ਹੀ ਦੇਣਾ ਤਾਂ ਜੇ 16ਵਾਂ ਦਿਨ ਹੋ ਗਿਆ ਮੇਰੀ ਐਪਲੀਕੇਸ਼ਨ ਡਿਨਾਈ ਹੋ ਜੂ ਤਾਂ ਤੁਸੀਂ ਉਹ ਤੋਂ ਪਹਿਲਾਂ ਪਹਿਲਾਂ ਐਕਸਟੈਂਸ਼ਨ ਸੀ ਕਰਨੀ ਹੈ ਜਿੰਨਾ ਵੀ ਸਮਾਂ ਤੁਹਾਨੂੰ ਚਾਹੀਦਾ ਤਾਂ ਸਰਕਾਰ ਉਹ ਸਮਾਂ ਦੇਗੀ ਔਰ ਜਦੋਂ ਤੁਸੀਂ ਇਹ ਇਨਫਰਮੇਸ਼ਨ ਫਾਈਲ ਕਰਨੀ ਹੈ ਤਾਂ ਉਹਦਾ ਜਿਹੜਾ ਕਨਸੀਕੁਐਂਸ ਹੈ ਉਹਦਾ ਜਿਹੜਾ ਜੇ ਜੇ ਰਿਫਿਊਜ਼ ਹੁੰਦਾ ਤੁਹਾਡਾ ਕੇਸ ਤਾਂ ਉਹ ਰਿਫਿਊਜ਼ ਹੋਊਗਾ ਓਨ ਦਾ ਬੇਸਿਸ ਆਫ ਮਿਸ ਰਿਪਰੈਜ਼ੈਂਟੇਸ਼ਨ ਨਾਓ ਮਿਸ ਰਿਪਰੈਜ਼ੈਂਟੇਸ਼ਨ ਨੂੰ ਲੋਅਰ ਜਿਹੜੇ ਟ੍ਰਿਬਿਊਨਲਸ ਨੇ ਉਹ ਚੈਲੰਜ ਨਹੀਂ ਕੀਤਾ ਜਾ ਸਕਦਾ ਸਿਰਫ ਤੁਸੀਂ ਉਹਨੂੰ ਜੁਡੀਸ਼ੀਅਲ ਰੀਵਿਊ ਕਰ ਸਕਦੇ ਹੋ ਜੁਡੀਸ਼ੀਅਲ ਰੀਵਿਊ ਦਾ ਪਰਪਸ ਹੈਗਾ ਵੀ ਜਦੋਂ ਵੀ ਤੁਸੀਂ ਕੋਈ ਇਨਫਰਮੇਸ਼ਨ ਪ੍ਰੋਵਾਈਡ ਕਰਤੀ ਤਾਂ ਅਪ ਕੋਰਟ ਦੇ ਅੱਗੇ ਤੁਸੀਂ ਨਵੀਂ ਇਨਫਰਮੇਸ਼ਨ ਲੈ ਆ ਕੇ ਨਹੀਂ ਰੱਖ ਸਕਦੇ ਪੁਰਾਣੀ ਦਿੱਤੀ ਹੋਈ ਇਨਫੋਰਮੇਸ਼ਨ ਤੇ ਹੀ ਕੋਡ ਜਿਹੜਾ ਹੈਗਾ ਆਪਦਾ ਡਿਸੀਜਨ ਬਣਾਉਗੇ ਹਮ ਕੇ ਕੇਸ ਇਦਾਂ ਦੇ ਆਏ ਆ ਮਨ ਜੀ ਕਿ ਜਿਹਦੇ ਵਿੱਚ ਜਦੋਂ ਪਿੱਛੋਂ ਫਾਈਲ ਲਾਈ ਸੀ ਉਹ ਆਈ ਸੀ ਉਸ ਟਾਈਮ ਫਾਈਲ ਦੇ ਵਿੱਚ ਕੁਝ ਉਹਨਾਂ ਦੀ ਇਨਫੋਰਮੇਸ਼ਨ ਗਲਤ ਜਿਹੜੀ ਭਰੀ ਗਈ ਤੇ ਇੱਥੇ ਆ ਕੇ ਉਹਦੇ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਤੇ ਫਿਰ ਉਹ ਪਿੱਛੋਂ ਕਹਿੰਦੇ ਕਿ ਉਹ ਕੰਸਲਟੈਂਟ ਸਾਨੂੰ ਹੁਣ ਲਿਖ ਕੇ ਇਹਦੀ ਕਲੈਰੀਫਿਕੇਸ਼ਨ ਕਰੇ ਕਿ ਮੇਰੀ ਗਲਤੀ ਸੀ ਮੇਰੇ ਕੋਲੋਂ ਗਲਤ ਭਰਿਆ ਗਿਆ ਇਦਾਂ ਦੇ ਬੜੇ ਸਾਰੇ ਕੇਸ ਆ ਰਹੇ ਹੈਗੇ ਅੱਗੇ ਇਹਦੇ ਤੇ ਅਸੀਂ ਹੋਰ ਫੇਰ ਗੱਲ ਕਰਾਂਗੇ ਪਰ ਮੈਂ ਹੁਣ ਪਹਿਲਾਂ ਸੁਪਰਵਾਈਜ਼ਰ ਤੇ ਗੱਲ ਕਰਨਾ ਚਾਹੁੰਦੀ ਆ ਕਿ ਜਿੰਨੀਆਂ ਬੈਕਲੌਗ ਦੇ ਵਿੱਚ ਐਪਲੀਕੇਸ਼ਨਾਂ ਪਈਆਂ ਪਹਿਲਾਂ ਸੁਪਰਵਾਈਜ਼ਰ ਦਾ ਡਿਸੀਜਨ ਬਹੁਤ ਛੇਤੀ ਆ ਜਾਂਦਾ ਸੀਗਾ ਤੁਸੀਂ ਸੁਪਰਵਾਈਜ਼ਰ ਲਈ ਐਪਲੀਕੇਸ਼ਨ ਭਰੀ ਹੈਗੀ ਆ ਵਿਦਨ ਆਈ ਥਿੰਕ ਮੰਥ ਟੂ ਮੰਥ ਤੁਹਾਨੂੰ ਪਤਾ ਲੱਗ ਜਾਂਦਾ ਸੀਗਾ ਦੋ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਪੇਰੈਂਟਸ ਆ ਜਾਂਦੇ ਸੀ ਤੇ ਹੁਣ ਐਪਲੀਕੇਸ਼ਨਾਂ ਭਰੀਆਂ ਲੋਕਾਂ ਨੇ ਇਹਨਾਂ ਦਾ ਕੋਈ ਜਵਾਬ ਨਹੀਂ ਆ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਕੋਈ ਹੱਲੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਆ ਉਹਨਾਂ ਦੀ ਐਪਲੀਕੇਸ਼ਨ ਸੋ ਇਹਦੇ ਵਿੱਚ ਕੋਈ ਚੇਂਜਸ ਆਈਆਂ ਹੈਗੀਆਂ ਹਾਂਜੀ ਮੈਂ ਸੌਰੀ ਤੁਸੀਂ ਬਹੁਤ ਇਹ ਤੋਂ ਪਹਿਲਾਂ ਇੱਕ ਬਹੁਤ ਵਧੀਆ ਤੁਸੀਂ ਡਾਊਟ ਉਠਾਇਆ ਸੀ ਜਿਹੜਾ ਕਹਿੰਦੇ ਨੇ ਵੀ ਮੇਰੇ ਕੰਸਲਟੈਂਟ ਕੰਸਲਟੈਂਟ ਵੀ ਕੁਝ ਸ਼ਿਕਾਇਤ ਲਿਖ ਦਿੰਦਾ ਹਾਂਜੀ ਵੀ ਕੁਝ ਲਿਖਾ ਕੇ ਲਿਆਓ ਉਹਦਾ ਉਹਦੀ ਕੋਈ ਹੋਰ ਰੈਮੇਡੀ ਨਹੀਂ ਹੈ ਇਹ ਜਿਹੜੀ ਤੁਸੀਂ ਗੱਲ ਕੀਤੀ ਤੇ ਬਹੁਤ ਇੰਪੋਰਟੈਂਟ ਹੈ ਬਿਕੋਜ਼ ਸਾਡੇ ਕੋਲ ਜੋ ਰਿਫਿਊਜ਼ਲ ਲੈਟਰ ਲੈ ਕੇ ਆਉਂਦੇ ਨੇ ਉਹ ਇਹ ਕਹਿ ਕੇ ਆਉਂਦੇ ਨੇ ਵੀ ਜਦੋਂ ਵੀਜ਼ ਆਫੀਸਰ ਉਹਨੂੰ ਕੁਐਸਚਨ ਪੁੱਛਦਾ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਆਨਸਰ ਲਿਖਿਆ ਹੁੰਦਾ ਜਾਂ ਰਿਪਲਾਈ ਲਿਖੀ ਹੁੰਦੀ ਈਵਨ ਕੰਸਲਟੈਂਟ ਤੋਂ ਵੀ ਲਿਖਾ ਲੈਂਦੇ ਨੇ ਜਾਂ ਕੋਈ ਉਹਨਾਂ ਦਾ ਏਜੰਟ ਉਹ ਵੀ ਲਿਖ ਦਿੰਦਾ ਵੀ ਹਾਂਜੀ ਮੇਰੀ ਗਲਤੀ ਹੈ ਉਹਦਾ ਕੌਨਸੀਕਵੈਂਸ ਦਾ ਐਕਟ ਦਾ ਇਹ ਕਹਿੰਦਾ ਵੀ ਤੁਹਾਡੇ ਤੇ ਆ ਉਹਦਾ ਕੌਨਸੀਕਵੈਂਸ ਤਾਂ ਉਹਦਾ ਕੋਈ ਰੈਮੇਡੀ ਨਹੀਂ ਹੈ ਜਦੋਂ ਤੁਸੀਂ ਕਰ ਦਿਓ ਇਨੋਸੈਂਟ ਮਿਸਟੇਕ ਸਿਰਫ ਦੋ ਕੇਸ ਲਾਜ਼ ਨੇ ਜਿਹੜੀਆਂ ਐਗਜ਼ਾਮ ਐਗਜ਼ੈਂਪਸ਼ਨ ਸੀਕ ਕਰਾ ਸਕਦੇ ਆ ਜਿਹਦੇ ਤੇ ਲਾਗੂ ਹੋ ਸਕਦੀ ਆ ਉਹ ਮੈਡਲ ਵਰਸਸ ਕੈਨੇਡਾ ਇਹ ਸਭ ਨੂੰ ਪਤਾ ਜਿਹੜੇ ਅਪੀਲ ਕਰਦੇ ਨੇ ਤੇ ਦੂਸਰਾ ਹੈਗਾ ਓਸੀ ਸੁਆਨੋ ਵਰਸਸ ਕੈਨੇਡਾ ਇਹ ਦੋ ਕੇਸ ਲਾਜ਼ ਨੇ ਜਿਹਦੇ ਬੇਸਿਸ ਤੇ ਤੁਸੀਂ ਸਿਰਫ ਇਨੋਸੈਂਟ ਮਿਸਟੇਕ ਨੂੰ ਪਲੀਡ ਕਰ ਸਕਦੇ ਹੋ ਪਰ ਜੇ ਉਹਦੇ ਸਟੈਂਡਰਡ ਰੱਖੇ ਹੋਏ ਨੇ ਜਿਉਂ ਤੁਸੀਂ ਸਟੈਂਡਰਡ ਮੀਟ ਕਰਦੇ ਹੋ ਫੇਰ ਹੀ ਪਲੀਡ ਕਰ ਸਕਦੇ ਹੋ ਆਦਰਵਾਇਸ ਜੇ ਤੁਸੀਂ ਇਹ ਪੋਜੀਸ਼ਨ ਲੈ ਲਈ ਤਾਂ 120% ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋਏਗੀ ਭਾਵੇਂ ਤੁਹਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਲਿਖ ਕੇ ਦੇ ਦੇ ਸੋ ਉਹਦੀ ਕੋਈ ਰੈਮੇਡੀ ਨਹੀਂ ਹੈ ਸੋ ਤੁਹਾਡੇ ਲਈ ਸਿਰਫ ਰੈਮੇਡੀ ਹੈ ਕਿ ਤੁਸੀਂ ਉਹਨੂੰ ਲੀਗਲ ਬੇਸਿਸ ਤੇ ਚੈਲੰਜ ਕਰਨਾ ਪੈਂਦਾ ਨਾਓ ਜਿਹੜਾ ਤੁਹਾਡਾ ਵਿਜ਼ਟਰ ਵੀਜ਼ਾ ਵਾਲਾ ਸਵਾਲ ਸੀਗਾ ਬਿਲਕੁਲ ਇਹ ਅਮਨਜੀਤ ਸੱਡੇ ਨੇ ਇੱਕ ਕਾਲਰ ਆ ਪਹਿਲਾਂ ਅਸੀਂ ਇਹਨਾਂ ਦੀ ਗੱਲ ਸੁਣ ਲਈਏ ਜੀ ਜੀਆ ਨੂੰ ਤੁਹਾਨੂੰ ਸੰਜੇ ਟੀਵੀ ਤੇ ਸਤਿ ਸ੍ਰੀ ਅਕਾਲ ਜੀ

ਬੈਕਲੌਗ ਹੈਗਾ ਤਾਂ ਐਗਜ਼ਿਸਟ ਕਰ ਹੀ ਰਿਹਾ ਹੈ ਇਟਸ ਅ ਲਾਰਜ ਲਾਈਕ 2 ਮਿਲੀਅਨ ਹਾਂਜੀ ਐਕਚੁਅਲੀ 2 ਮਿਲੀਅਨ ਵੀ ਕਰਾਸ ਕਰ ਚੁੱਕੇ ਹਾਂ ਮੈਂ ਹੁਣ ਤਾਂ ਜੇ ਤੁਸੀਂ ਐਵਰੀ ਡੇ ਦੀ ਰੇਟਿੰਗ ਲਓ ਤਾਂ ਉਹ ਹਜ਼ਾਰਾਂ ਦੇ ਹਿਸਾਬ ਨਾਲ ਵੱਧ ਰਹੀ ਹੈ ਹਮ ਔਰ ਇਹ ਹੋਣਾ ਵੀ ਸੀਗਾ ਇਹ ਦਿਖ ਰਿਹਾ ਸੀਗਾ ਵੀ ਹੋਊਗਾ ਬਿਕਾਜ਼ ਪਹਿਲਾਂ ਜਿਹੜਾ ਪ੍ਰੋਗਰਾਮ ਸੀ ਇਨਟੇਕ ਬੜਾ ਕੰਟਰੋਲਡ ਸੀਗਾ ਜਦੋਂ ਕੰਜ਼ਰਵੇਟਿਵ ਸਰਕਾਰ ਸੀ ਉਹ ਬੜਾ ਕੰਟਰੋਲ ਕਰਕੇ ਗਈ ਸੀ ਪਰ ਜਦੋਂ ਲਿਬਰਲ ਸਰਕਾਰ ਆਈ ਤਾਂ ਫਿਰ ਉਹਨਾਂ ਨੇ ਜਿਹੜੇ ਫਲੱਡ ਗੇਟਸ ਨੇ ਇਨਟੇਕ ਦੇ ਉਹ ਖੋਲਤੇ ਔਰ ਖਾਸ ਕਰਕੇ ਹੁਣ ਜਿਹੜੀ ਜ਼ਿਆਦਾ ਬੜੀ ਪ੍ਰੋਬਲਮ ਖੜੀ ਹੋ ਰਹੀ ਹੈ ਉਹ ਹੋ ਰਹੀ ਹੈ ਬਿਕੋਜ਼ ਆਫ ਯੂਕਰੇਨ ਯਾ ਯੂਕਰੇਨ ਕਰਕੇ ਆ ਕਾਫੀ ਜਿਹੜਾ ਵਰਕ ਲੋਡ ਆ ਜਾਂ ਜਿਹੜੀ ਪ੍ਰਾਇੋਰਟੀ ਆ ਉਹਨਾਂ ਦੀ ਫਾਈਲਸ ਨੂੰ ਆ ਪਹਿਲਾਂ ਅਫਗਾਨਿਸਤਾਨ ਦੀ ਵੀ ਸੀਗੀ ਪਹਿਲਾਂ ਅਫਗਾਨਿਸਤਾਨ ਦੀ ਸੀ ਪਰ ਅਫਗਾਨਿਸਤਾਨ ਇੱਕ ਸਪੈਸ਼ਲ ਅਫਗਾਨਿਸਤਾਨ ਲਈ ਕੋਈ ਸਪੈਸ਼ਲ ਪ੍ਰੋਗਰਾਮ ਨਹੀਂ ਸੀ ਸਰਕਾਰ ਨੇ ਕੀਤਾ ਜਿਹੜੀ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਉਹਦੇ ਵਿੱਚ ਉਹਨਾਂ ਨੂੰ ਕੋਟਾ ਦਿੱਤਾ ਸੀਗਾ ਉਹਨਾਂ ਐਪਲੀਕੇਸ਼ਨਸ ਨੂੰ ਪਰ ਯੂਕਰੇਨ ਲਈ ਇਹਨਾਂ ਨੇ ਯੂਨਿਕ ਕੀ ਕੀਤਾ ਉਹਨਾਂ ਨੇ ਨਵਾਂ ਹੀ ਇੱਕ ਪ੍ਰੋਗਰਾਮ ਡਿਵੈਲਪ ਕਰਤਾ ਜਿਹਦੇ ਵਿੱਚ ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਵੇਵਰਸ ਦੇਤੀਆਂ ਜੇ ਤੁਸੀਂ ਯੂਕਰੇਨੀਅਨ ਸਿਟੀਜ਼ਨ ਹੋ ਤਾਂ ਇਹ ਡਿਫਰੈਂਸ ਹੈ ਨਾਓ ਜਿਹੜੀ ਸੁਪਰ ਵੀਜ਼ਾ ਲਈ ਹੈ ਇਹ ਕਿਉਂਕਿ ਤੁਸੀਂ ਸੁਪਰ ਵੀਜ਼ਾ ਦੀ ਜ਼ਿਕਰ ਕੀਤਾ ਇਹਦੇ ਵਿੱਚ ਬਹੁਤ ਮੇਜਰ ਚੇਂਜ ਆਉਣ ਲੱਗੀ ਆ ਜੇ ਆਜੇ ਤਾਂ ਬਹੁਤ ਵਧੀਆ ਬਿਲਕੁਲ ਰਮਨ ਜੀ ਇਸੇ ਤਰ੍ਹਾਂ ਹੀ ਅਸੀਂ ਗੱਲ ਜਾਰੀ ਰੱਖਾਂਗੇ ਇੱਕ ਕਾਲ ਲੈ ਲਈਏ ਜੀ ਇਹਨੂੰ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ 63 ਮਾਫ ਕਰਨਾ ਤੁਹਾਡੀ ਕਾਲ ਜਿਹੜੀ ਕੱਟੀ ਗਈ ਹਾਂਜੀ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ ਸੁਪਰਵਾਈਜ਼ਰ ਜਿਉਂਕਿ ਲੋਕੀ ਇਹਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਆ ਜੀ ਸੁਪਰਵਾਈਜ਼ਰ ਲਈ ਜਿਵੇਂ ਇੱਕ ਬਿਲ ਇੰਟਰੋਡਿਊਸ ਕੀਤਾ ਸੀਗਾ ਕੰਜ਼ਰਵੇਟਿਵ ਦੇ ਮੈਂਬਰ ਨੇ ਜਿਨ੍ਹਾਂ ਨੇ ਬਿਲ ਇੰਟਰੋਡਿਊਸ ਕੀਤਾ ਉਹਨਾਂ ਨੇ ਇਹਦੇ ਵਿੱਚ ਕੁਝ ਚੇਂਜਸ ਜਿਹੜੀਆਂ ਨੇ ਉਹ ਇੰਟਰੋਡਿਊਸ ਕੀਤੀਆਂ ਨੇ ਸਭ ਤੋਂ ਬੜੀ ਜਿਹੜੀ ਚੇਂਜ ਹੈ ਉਹ ਹੈਗੀ ਹੈ ਵੀ ਜਦੋਂ ਪੇਰੈਂਟਸ ਸਾਡੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਹੁਣ ਦੇ ਸਮੇਂ ਦੇ ਵਿੱਚ ਸਿਰਫ ਉਹ 2 ਸਾਲ ਰਹਿ ਸਕਦੇ ਨੇ ਕੈਨੇਡਾ ਦੇ ਵਿੱਚ 2 ਸਾਲ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਛੱਡ ਕੇ ਜਿਹੜਾ ਹੈਗਾ ਜਾਣਾ ਪੈਂਦਾ ਜਾਂ ਉਹ ਐਕਸਟੈਂਸ਼ਨ ਸੀ ਕਰਨੀ ਪੈਂਦੀ ਹੈ ਤਾਂ ਨਵੇਂ ਬਿਲ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਜਿਹੜੀ ਸਟੇ ਹੈ ਉਹ 5 ਸਾਲ ਹੋ ਜਾਏਗੀ 5 ਸਾਲ ਉਹਨਾਂ ਨੂੰ ਕੁਝ ਵੀ ਨਹੀਂ ਕਰਨਾ ਪਏਗਾ ਸੈਕੰਡ ਜਿਹੜੀ ਚੇਂਜ ਲਿਆਂਦੀ ਜਾ ਰਹੀ ਹੈ ਉਹ ਹੈਗੀ ਥੋਡੀ ਇਨਕਮ ਨੂੰ ਲੈ ਕੇ ਜਿਹੜਾ ਲੋ ਇਨਕਮ ਕਟਆਫ ਹੈਗਾ ਲਾਈਕੋ ਜਿਹਨੂੰ ਕਿਹਾ ਜਾਂਦਾ ਤੁਹਾਨੂੰ ਮੀਟ ਕਰਨਾ ਪੈਂਦਾ ਡਿਪੈਂਡਿੰਗ ਔਨ ਸਾਈਜ਼ ਆਫ ਦ ਫੈਮਲੀ ਕੀ ਹੈ ਉਸ ਹਿਸਾਬ ਨਾਲ ਤੁਹਾਨੂੰ ਲਾਈਕੋ ਨੂੰ ਮੀਟ ਕਰਨਾ ਪੈਂਦਾ ਪਰ ਨਵੇਂ ਕਾਨੂੰਨ ਦੇ ਹਿਸਾਬ ਨਾਲ ਜੇ ਉਹ ਲਾਗੂ ਹੋ ਜਾਂਦਾ ਬਿਲ ਤਾਂ ਫਿਰ ਤੁਹਾਨੂੰ ਇਨਕਮ ਦੀ ਰਿਕੁਆਇਰਮੈਂਟ ਹਟਾ ਦਿੱਤੀ ਜਾਏਗੀ ਥਰਡ ਜਿਹੜੀ ਬਿਗੇਸਟ ਚੇਂਜ ਹੈ ਹੈਗੀ ਹੈ ਵੀ ਜਦੋਂ ਇੰਸ਼ੋਰੈਂਸ ਤੁਸੀਂ ਬਾਏ ਕਰਦੇ ਹੋ ਕਿਉਂਕਿ ਸੁਪਰ ਵੀਜ਼ਾ ਲਈ ਇੱਕ ਮੰਡੀਟਰੀ ਰਿਕੁਆਇਰਮੈਂਟ ਹੈ ਵੀ ਤੁਸੀਂ ਇੰਸ਼ੋਰੈਂਸ ਬਾਏ ਕਰਨਾ ਹੈ ਇੰਸ਼ੋਰੈਂਸ ਜਿਹੜਾ ਹੈਗਾ ਘ ਉਹ ਕਵਰੇਜ ਡਿਪੈਂਡਿੰਗ ਅਪਨ ਦਾ ਏਜ ਡਿਪੈਂਡਿੰਗ ਅਪਨ ਦਾ ਹੈਲਥ ਕੰਡੀਸ਼ਨ ਕਈ ਵਾਰ ਬਹੁਤ ਐਕਸਪੈਂਸਿਵ ਹੋ ਜਾਂਦਾ ਹੈ ਕਈ ਫੈਮਿਲੀਸ ਦਾ ਮਹੀਨੇ ਦਾ ਆਲਮੋਸਟ 700 ਡਾਲਰ ਤੱਕ ਵੀ ਦੇ ਰਹੀਆਂ ਨੇ ਤੋ ਹੁਣ ਜਿਹੜਾ ਨਵਾਂ ਚੇਂਜ ਆ ਇਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਤੁਸੀਂ ਆਪਣੀ ਹੋਮ ਕੰਟਰੀ ਤੋਂ ਵੀ ਇੰਸ਼ੋਰੈਂਸ ਬਾਏ ਕਰ ਸਕਦੇ ਹੋ ਪ੍ਰੋਵਾਈਡਡ ਜਿਹੜੀਆਂ ਅ ਇਆਰਸੀਸੀ ਦੀਆਂ ਗਾਈਡਲਾਈਨਸ ਹੋਣੀਆਂ ਉਸ ਨੂੰ ਇੰਸ਼ੋਰੈਂਸ ਜਿਹੜੀ ਕੰਪਨੀ ਉਹ ਕੰਪਲਾਈ ਕਰਦੀ ਹੋਵੇ ਸੋ ਉਹਦੇ ਨਾਲ ਥੋੜਾ ਫਰਕ ਵੀ ਪੈ ਸਕਦਾ ਹੈ ਉਹਦੇ ਨਾਲ ਕਾਫੀ ਫਰਕ ਪੈ ਸਕਦਾ ਹੈ ਜਿਹੜੀਆਂ ਹੋਮ ਕੰਟਰੀਜ਼ ਕਈਆਂ ਚ ਬਹੁਤ ਇੰਸ਼ੋਰੈਂਸ ਸਸਤੀ ਹੈ ਜੀ ਜੀ ਸੈੜੀ ਨਾਲ ਕੋਲਰੇ ਅਮਨ ਜੀ ਨਾਲ ਗੱਲ ਕਰ ਲੈਨੇ ਜੀ ਐਨਓ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਆ ਸਤਿ ਸ਼੍ਰੀ ਅਕਾਲ ਇਹਨਾਂ ਦਾ ਨੰਬਰ ਵੀ ਤੁਸੀਂ ਸਕ੍ਰੀਨ ਤੇ ਚਲਾ ਦਿਓ ਤੇ ਇਹ ਇੰਡੀਆ ਇੰਡੀਆ ਤੋਂ ਜੇ ਇਹਨਾਂ ਨੂੰ ਮਿਲਣਾ ਕਿੱਦਾਂ ਮਿਲਾਂਗੇ ਅ ਇੰਡੀਆ 'ਚ ਵੀ ਇਹਨਾਂ ਦਾ ਆਫਿਸ ਹੈਗਾ ਹੈ ਜੀ ਆਰੇ ਅਸੀਂ ਸਕਰੀਨ 13 ਦੇ ਨੰਬਰ ਤੁਹਾਨੂੰ ਸ਼ੋ ਕਰਦੇ ਹਾਂ ਤੁਸੀਂ ਸਕਰੀਨ ਤੋਂ ਇਹਨਾਂ ਦਾ ਨੰਬਰ ਵੀ ਲੈ ਸਕਦੇ ਹੋ ਤੇ ਹੁਣ ਇਹਨਾਂ ਨੂੰ ਇੱਕ ਸਵਾਲ ਪੁੱਛ ਸਕਦੇ ਹੋ ਜਾਂ ਪੁੱਛ ਸਕਦੇ ਆ ਜੀ ਜ਼ਰੂਰ ਪੁੱਛ ਸਕਦੇ ਆ ਇਹ ਅ ਬਈ ਹੁਣ ਕੇਸ ਲੱਗਦੇ ਪਏ ਨੇ ਬੱਚੇ ਆਈ ਜਾਂਦੇ ਨੇ ਜਾਂ ਕਿੱਦਾਂ ਕਹਿੰਦੇ ਹੁਣ ਕੋਵਿਡ ਤੋਂ ਬਾਅਦ ਨਹੀਂ ਆਈ ਜਾਂਦੇ ਸਟੂਡੈਂਟਸ ਦੀ ਗੱਲ ਕਰ ਰਹੇ ਹੈਗੇ ਨੋ 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 ਇਦਾਂ ਦੀ ਇਸ ਤਰ੍ਹਾਂ ਦੀ ਕੋਈ ਜ਼ਿਕਰ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜਾ ਕੁਝ ਹੈਗੇ ਸੀ ਯੈਸ ਜਿਹੜੇ ਮੇਰਾ ਖਿਆਲ ਇਹਨਾਂ ਦਾ ਇੰਟਰਸਟ ਹੋਊਗਾ ਉਹ ਹੈਗਾ ਸਟੂਡੈਂਟਸ ਦਾ ਖੈਰ ਨਹੀਂ ਬੰਦ ਹੋਇਆ ਕੋਈ ਪ੍ਰੋਗਰਾਮ ਪਰ ਜਦੋਂ ਵੀ ਐਕਸਪ੍ਰੈਸ ਏਂਟਰੀ ਦੇ ਵਿੱਚ ਡਰਾਅ ਨਿਕਲਦਾ ਸੀ ਉਹ ਸਰਕਾਰ ਪਹਿਲਾਂ ਰੈਗੂਲਰ ਬੇਸਿਸ ਤੇ ਕੱਢਦੀ ਸੀ ਆਲਮੋਸਟ ਹਰ ਇੱਕ ਮਹੀਨੇ ਡਰਾਅ ਨਿਕਲਦਾ ਸੀਗਾ ਤੋਂ ਸਰਕਾਰ ਨੇ ਉਹਦੇ ਵਿੱਚ ਪਿਛਲੇ ਜਿਵੇਂ ਆਲਮੋਸਟ 2 ਸਾਲ ਹੋਣ ਲੱਗੇ ਆ ਜਿਹੜੀ ਫੈਡਰਲ ਸਕਿਲਡ ਵਰਕਰ ਕੈਨੇਡਾ ਹੈਗੀ ਆ ਆਊਟਸਾਈਡ ਕੈਨੇਡਾ ਜਿਹੜੀ ਕਲਾਸ ਆ ਉਹਦਾ ਡਰਾਅ ਜਿਹੜਾ ਐਕਸਪ੍ਰੈਸ ਏਂਟਰੀ ਚੋਂ ਨਹੀਂ ਕੱਢਿਆ ਈਵਨ ਉਹ ਜਿਹੜੀ ਫੈਡਰਲ ਸਕਿਲ ਟ੍ਰੇਡ ਵਰਕਰ ਆ ਉਹਨਾਂ ਦਾ ਨਹੀਂ ਕੱਢਿਆ ਸਰਕਾਰ ਜਿਹੜੇ ਪਿਛਲੇ ਡਰਾਅ ਕੱਢੇ ਵੀ ਨਹੀਂ ਉਹ ਕੱਢੇ ਨੇ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀ ਜਿਹੜੇ ਕੈ ਸਰਕਾਰ ਨੇ ਆਲਰੇਡੀ ਅਨਾਉਂਸ ਕਰਤਾ ਵੀ ਉਹ ਡਰਾਸ ਜਿਹੜੇ ਨੇ ਕੱਢਣਾ ਸ਼ੁਰੂ ਕਰ ਦੇਣਗੇ ਹੂੰ ਉਸ ਤੋਂ ਇਲਾਵਾ ਜਿਹੜੇ ਪੀ ਐਨ ਪੀ ਦੇ ਡਰਾਸ ਨੇ ਉਹ ਕਦੇ ਵੀ ਬੰਦ ਨਹੀਂ ਹੋਏ ਉਹ ਅੱਜ ਵੀ ਖੁੱਲੇ ਹੋਏ ਨੇ ਅਮਨ ਜੀ ਮੇਰਾ ਇੱਕ ਹੋਰ ਸਵਾਲ ਹੈ ਇਹ ਸਵਾਲ ਕਿਸੇ ਨੇ ਪਰਸਨਲ ਕੀਤਾ ਮੈਂ ਇਹਨਾਂ ਦਾ ਨਾਂ ਨਹੀਂ ਲਵਾਂਗੀ ਜੀ ਇਹ ਇੱਥੇ ਆਏ ਹੋਏ ਆ ਪਿਛਲੇ 5 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹੈਗੇ ਆ ਵਰਕ ਪਰਮਿਟ ਦੇ ਉੱਤੇ ਔਰ ਹੁਣ BC ਨੂੰ ਛੱਡ ਕੇ ਕਿਸੇ ਹੋਰ ਸ਼ਹਿਰ 'ਚ ਚਲੇ ਗਏ ਆ ਕਿਉਂਕਿ ਉੱਥੇ ਇਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਈਜ਼ੀ ਪੀ ਆਰ ਮਿਲ ਜਾਊਗੀ ਪਰ ਇਹਨਾਂ ਦੀ ਵਾਈਫ ਦਾ ਇਹਨਾਂ ਨੇ ਪਹਿਲਾਂ ਜਦੋਂ ਜਦੋਂ ਇੱਥੇ ਵਰਕ ਪਰਮਿਟ ਤੇ ਸੀ ਇਹਨਾਂ ਨੇ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਇਹਨਾਂ ਦੀ ਵਾਈਫ ਦੇ ਉੱਤੇ 5 ਇਅਰਸ ਦਾ ਬੈਨ ਲਾ ਦਿੱਤਾ ਸੀ 5 ਸਾਲ ਲਈ ਉਹ ਕੈਨੇਡਾ ਚ ਆ ਨਹੀਂ ਸਕਦੇ ਉਹਨਾਂ ਦੀ ਫਾਈਲ ਦੇ ਵਿੱਚ ਕੋਈ ਸੀਗਾ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਕੰਸਲਟੈਂਟ ਨੇ ਵੀ ਲਿਖ ਕੇ ਦੇ ਦਿੱਤਾ ਕਲੈਰੀਫਾਈ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਉਹ ਕੀਤਾ ਹੋਇਆ ਸੀ ਇਹਨਾਂ ਨੇ ਜਦੋਂ ਉਹਨਾਂ ਦੀ ਫਾਈਲ ਲਾਈ ਸੀ ਉਹ ਵਿੱਚ ਹੀ ਕਲੀਅਰ ਕਰ ਦਿੱਤਾ ਸੀ ਪਰ ਫਿਰ ਵੀ 5 ਸਾਲ ਦਾ ਬੈਨ ਲੱਗ ਗਿਆ ਹੁਣ ਇਹਨਾਂ ਦੇ 8 ਮਹੀਨਿਆਂ ਦਾ ਇਹਨਾਂ ਕੋਲ ਐਕਸਪੀਰੀਅੰਸ ਵੀ ਹੈ ਸਾਰਾ ਕੁਝ ਹੈਗਾ ਪਰ ਇਹ ਜਦੋਂ ਹੁਣ ਆਪਣੀ ਫਾਈਲ ਲਾਉਣ ਲੱਗੇ ਉਹ ਕਹਿੰਦੇ ਵੀ ਤੁਸੀਂ ਲਾ ਨਹੀਂ ਸਕਦੇ ਕਰਕੇ ਇਹਨਾਂ ਦੀ ਵਾਈਫ ਦੇ ਉੱਤੇ ਬੈਨ ਲੱਗਾ ਹੈਗਾ ਤੇ ਉਹ ਕਹਿੰਦੇ ਕਿ ਇਹਦੇ ਲਈ ਮੈਂ ਕੀ ਕਰਾਂ ਕਿ ਮੈਨੂੰ ਅਪੀਲ ਕਰਨੀ ਚਾਹੀਦੀ ਹੈ ਆਪਣੀ ਵਾਈਫ ਦੇ ਕੇਸ ਉੱਤੇ ਕਿ ਜਾਂ ਮੈਨੂੰ 5 ਸਾਲ ਉਹਦੀ ਵੇਟ ਕਰਨੀ ਚਾਹੀਦੀ ਹੈ 5 ਸਾਲ ਤੋਂ ਅੱਗੇ ਵਰਕ ਪਰਮਿਟ ਤੇ ਹੈਗੇ ਆ ਸੋ ਪਰੇਸ਼ਾਨ ਹੈ ਇੱਕ ਨੰਬਰ ਤੁਹਾਡਾ ਮੈਂ ਇਹਨਾਂ ਨੂੰ ਭੇਜ ਦਿੰਦਾ ਆ ਪਰ ਇਹ ਕਹਿੰਦੇ ਕਿ ਜੇ ਮੇਰੇ ਹੁਣ ਸਵਾਲ ਦਾ ਜਵਾਬ ਦੇ ਸਕਦੇ ਹੋ ਜੀ ਅਪੀਲ ਦਾ ਜਿਹੜਾ ਇੱਕ ਗਿਣਿਆ ਮੈਥਾ ਸਮਾਂ ਹੁੰਦਾ ਉਹ ਜੇ ਆਊਟਸਾਈਡ ਕੈਨੇਡਾ ਦਾ 60 ਦਿਨ ਹੈ 60 ਡੇਸ ਦੇ ਵਿੱਚ ਇਹਨਾਂ ਨੂੰ ਅਪੀਲ ਕਰਨੀ ਚਾਹੀਦੀ ਸੀ ਉਹ ਡਿਸੀਜਨ ਦੀ ਇਹਨਾਂ ਨੇ ਨਹੀਂ ਕੀਤੀ ਤਾਂ ਹੁਣ ਇਹਨਾਂ ਕੋਲ ਕੋਈ ਉਹਦੀ ਰੈਮੇਡੀ ਨਹੀਂ ਹੈ ਸੱਚ ਹੁਣ ਉਹ ਉਹ ਜਿਹੜੀ 5 ਇਅਰ ਬੈਨ ਹੈ ਉਹ ਜਦੋਂ ਵੀ ਐਕਸਪਾਇਰ ਹੋਏਗੀ ਡੇਟ ਇਹਨਾਂ ਨੂੰ ਪਤਾ ਹੋਏਗੀ ਜਦੋਂ ਡਿਸੀਜਨ ਆਇਆ ਹੈਗਾ ਉਸ ਤੋਂ ਲਾਗੂ ਹੋ ਕੇ 5 ਸਾਲ ਉਹ ਰਹਿੰਦੀ ਹੈ ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਉਹ ਬਿਲਕੁਲ ਇਹਨਾਂ ਨੂੰ ਇਮੀਗ੍ਰੇਸ਼ਨ ਨਹੀਂ ਮਿਲ ਸਕਦੀ ਬਿਕਾਜ਼ ਇਨਾਂ ਦੇ ਜਿਹੜਾ ਤੁਹਾਡਾ ਕਾਮਨ ਲਾ ਪਾਰਟਨਰ ਹੈ ਜਾਂ ਸਪਾਊਸ ਹੈ ਜੇ ਉਹ ਇਨਡੈਮਿਸਿਬਲ ਹੈ ਕਿਸੇ ਵੀ ਕਾਰਨ ਕਰਕੇ ਤਾਂ ਉਹਨਾਂ ਦੀ ਇਨਡੈਮਿਸਿਬਿਲਟੀ ਤੁਹਾਡੀ ਜਿਹੜੀ ਇਨਡੈਮਿਸਿਬਿਲਟੀ ਬਣ ਜਾਂਦੀ ਹੈ ਸਿੰਪਲ ਸ਼ਬਦਾਂ ਸਮਝਾਉਣਾ ਹੋਵੇ ਓਨੀ ਦੇਰ ਤੁਸੀਂ ਵੀ ਇਮੀਗ੍ਰੇਸ਼ਨ ਜਿਹੜੀ ਉਹ ਨਹੀਂ ਲੈ ਸਕਦੇ ਹਾਂ ਯਾ ਸੋ ਇਹਨਾਂ ਦੇ ਸਵਾਲ ਦਾ ਤੁਸੀਂ ਜਵਾਬ ਦਿੱਤਾ ਤੇ ਦੂਜੇ ਪਾਸੇ ਹੈਗਾ ਕਿ ਇੱਕ ਹੋਰ ਸਵਾਲ ਆ ਉਹ ਕਹਿੰਦੇ ਕਿ ਸਾਡੀ ਹਸਬੰਡ ਦੇ ਕੋਲ ਓਪਨ ਵਰਕ ਪਰਮਿਟ ਹੈ ਜੀ ਔਰ ਵਾਈਫ ਉਹਨਾਂ ਦੀ ਇੱਥੇ ਆਈ ਹੈਗੀ ਆ ਤੇ ਉਹਨਾਂ ਦੇ ਬੱਚੇ ਇੱਕ ਇੱਥੇ ਆ ਚੁੱਕਾ ਨਾਲ ਤੇ ਇੱਕ ਹਾਲੇ ਉੱਥੇ ਸਟੱਡੀ ਕਰਦਾ ਸੀਗਾ ਤੇ ਉਹ ਕਹਿੰਦੇ ਕਿ ਅਸੀਂ ਦੋ ਵਾਰੀ ਕਰ ਚੁੱਕੇ ਹਾਂ ਉਹਨਾਂ ਦੀ ਫਾਈਲ ਦੋਨੇ ਵਾਰੀ ਸਾਨੂੰ ਪਤਾ ਹੀ ਨਹੀਂ ਕਿੱਥੇ ਆ ਪਹਿਲੀ ਫਾਈਲ ਅਸੀਂ ਕੀਤੀ ਸੀ ਆਪਣੇ ਬੱਚੇ ਨੂੰ ਸੱਦਣ ਦੇ ਲਈ ਉਹ ਫਾਈਲ ਦਾ ਸਾਨੂੰ ਕੋਈ ਵੀ ਫਾਈਲ ਨੰਬਰ ਆ ਗਿਆ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਇਨਕੁਆਰੀ ਨਹੀਂ ਹੋਈ ਅਸੀਂ ਉਹਨੂੰ ਵਿਦਡਰਾ ਕਰ ਲਿਆ ਦੁਬਾਰਾ ਨਵੀਂ ਪਾਤੀ ਆ ਹੁਣ ਦੁਬਾਰਾ ਨਵੀਂ ਦਾ ਵੀ ਕੁਝ ਨਹੀਂ ਪਤਾ ਸਾਨੂੰ ਕੀ ਕਰਨਾ ਚਾਹੀਦਾ ਜੀ ਇਹ ਇਹ ਮੇਰੇ ਖਿਆਲ ਨਾਲ ਜਿਹੜੀ ਫਾਈਲ ਹੈ ਇਮੀਗ੍ਰੇਸ਼ਨ ਤੋਂ ਹੋ ਸਕਦਾ ਉਹਨਾਂ ਨੇ ਗਵਾਤੀ ਹੋਵੇ ਪਿੱਛੇ ਇਹ ਚੀਜ਼ ਉਹਨਾਂ ਨੇ ਵੈਬਸਾਈਟ ਤੇ ਵੀ ਪਾਈ ਸੀ ਇਮੀਗ੍ਰੇਸ਼ਨ ਨੇ ਵੀ ਉਹਨਾਂ ਤੋਂ ਕਾਫੀ ਫਾਈਲ ਜਿਹੜੀਆਂ ਨੇ ਉਹ ਲੋਕੇਟ ਨਹੀਂ ਹੋ ਰਹੀਆਂ ਤੋਂ ਉਹਨਾਂ ਨੇ ਰਿਕੁਐਸਟ ਕੀਤੀ ਆ ਅਸੀਂ ਇੱਕ ਸਰਟਨ ਪੀਰੀਅਡ ਦੇ ਵਿੱਚ ਜਿਹੜੀਆਂ ਫਾਈਲਾਂ ਹੋਈਆਂ ਵੀ ਦੁਬਾਰਾ ਸਬਮਿਟ ਕਰੋ ਸੋ ਇਹ ਹੋ ਸਕਦਾ ਇਹਨਾਂ ਦੀ ਫਾਈਲ ਪਹਿਲਾ ਦੀ ਫਾਈਲ ਉਹਦੇ ਵਿੱਚ ਚਲੀ ਗਈ ਹੋਵੇ ਸੋ ਜਿਹੜੀ ਸੈਕੰਡ ਫਾਈਲ ਇਹਨਾਂ ਨੇ ਐਪਲੀਕੇਸ਼ਨ ਲਾਈ ਆ ਉਹ ਬਿਲਕੁਲ ਇਸ ਤਰ੍ਹਾਂ ਦੱਸਣਾ ਬਹੁਤ ਮੁਸ਼ਕਿਲ ਹੋਗਾ ਵੀ ਕੀ ਕਾਰਨ ਹੈ ਜਿਸ ਦੇ ਕਰਕੇ ਡਿਸੀਜਨ ਨਹੀਂ ਹੋ ਰਿਹਾ ਸਾਡੇ ਆਫਿਸ ਨੂੰ ਕੰਟੈਕਟ ਕੀਤਾ ਜਾ ਸਕਦਾ ਹਰ ਇੱਕ ਜਿਹੜਾ ਜਿਹੜਾ ਵੀ ਡਿਲੇ ਹੈਗਾ ਇਹਦੀ ਇੱਕ ਰੈਮੇਡੀ ਹੁੰਦੀ ਹੈ ਇੱਕ ਪ੍ਰੋਸੈਸ ਹੁੰਦਾ ਜਿਹਨੂੰ ਤੁਸੀਂ ਫਾਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹ ਡਾਇਗਨੋਸ ਕਰਨਾ ਪੈਂਦਾ ਹੈ ਵੀ ਇਹਦਾ ਇਸ਼ੂ ਕੀ ਹੈ ਕੇਸ ਦਾ ਇਸ਼ੂ ਕੀ ਹੈ ਜਿਸ ਦੇ ਕਰਕੇ ਉਹ ਡਿਲੇ ਆਇਆ ਹੋਇਆ ਤਾਂ ਜੇ ਇਮੀਗ੍ਰੇਸ਼ਨ ਕੋਆਪਰੇਟ ਨਹੀਂ ਕਰ ਰਿਹਾ ਤਾਂ ਫੇਰ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ ਉੱਥੇ ਤੁਸੀਂ ਰੈਟ ਆਫ ਮੈਂਡਮਸ ਪਾ ਸਕਦੇ ਹੋ ਉੱਥੇ ਅਪੀਲ ਕਰਕੇ ਇਹਦੀ ਰੈਮੇਡੀ ਜਿਹੜਾ ਕੋਰਟ ਇਨਸਟਰਕਸ਼ਨ ਦੇ ਦਿੰਦਾ ਜੀ ਜੀ ਤੇ ਹੁਣ ਜਦੋਂ ਅਸੀਂ ਸੁਪਰ ਵੀਜ਼ੇ ਦੀ ਗੱਲ ਕਰਦੇ ਸੀ ਤੁਸੀਂ ਦੱਸਿਆ ਇਹਦੇ ਚ ਚੇਂਜਸ ਆ ਰਹੇ ਆ ਹੈਗੇ ਆ ਵੀ 5 ਸਾਲ ਦਾ ਜਿਹੜਾ 5 ਸਾਲ ਨਹੀਂ ਉਹ ਜਾ ਸਕਦੇ 5 ਸਾਲ ਰਹਿ ਸਕਦੇ ਇਸ ਤੋਂ ਇਲਾਵਾ ਇੰਸ਼ੋਰੈਂਸ ਵੀ ਆਪਣੀ ਹੋਮ ਕੰਟਰੀ ਤੋਂ ਕਰਾ ਸਕਦੇ ਕਿਉਂਕਿ ਪਹਿਲਾਂ ਤਾਂ ਇੱਥੋਂ ਹੀ ਜ਼ਰੂਰੀ ਸੀਗੀ ਜੀ ਤੇ ਹੁਣ ਵਿਜ਼ਿਟਰ ਦਾ ਕੀ ਹੈਗਾ ਕਈ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ੇ ਚ ਨਹੀਂ ਪਾਉਂਦੇ ਹੈਗੇ ਉਹ ਵਿਜ਼ਿਟਰ ਚ ਪਾ ਲੈਂਦੇ ਆ ਉਹ ਰਿਫਿਊਜ਼ ਜਾਂ ਦਾ ਕੀ ਬੈਸਟ ਹੈਗਾ ਕਿ ਸਾਨੂੰ ਆਪਣੇ ਪੇਰੈਂਟਸ ਨੂੰ ਸੁਪਰਵਾਈਜ਼ਰ ਹੀ ਪਾਉਣਾ ਚਾਹੀਦਾ ਜਾਂ ਉਹਨਾਂ ਨੂੰ ਐਜ਼ ਅ ਵਿਜ਼ਿਟਰ ਬੁਲਾਉਣਾ ਚਾਹੀਦਾ ਜਿਹੜਾ ਸੁਪਰਵਾਈਜ਼ਰ ਪੈਂਦੀ ਉਹ ਇੱਕ ਸਪੈਸ਼ਲ ਕਲਾਸ ਆਫ ਵੀਜ਼ਾ ਹੈਗਾ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਦੇਖੀਆਂ ਜਾਂਦੀਆਂ ਜਿਹੜਾ ਕਿ ਵਿਜ਼ਿਟਰ ਦੀ ਅਪਲੀਕੇਸ਼ਨ ਚ ਦੇਖੀਆਂ ਜਾਂਦੀਆਂ ਨੇ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਵੀ ਜਦੋਂ ਤੁਸੀਂ ਵਿਜ਼ਿਟਰ ਵੀਜ਼ਾ ਦੇ ਵਿੱਚ ਪਾਉਣੀਓ ਤਾਂ ਫਿਰ ਤੁਹਾਡਾ ਬਲਕ ਜਿਵੇਂ ਪ੍ਰੋਸੈਸਿੰਗ ਦੇ ਵਿੱਚ ਕੇਸ ਹੁੰਦਾ ਤੋਂ ਐਸੇ ਕਰਕੇ ਜਿਹੜਾ ਰਿਫਿਊਜ਼ਲ ਰੇਟ ਬਹੁਤ ਵਧਿਆ ਹੋਇਆ ਪਰ ਪੇਰੈਂਟਸ ਦੇ ਕੇਸ ਵੀ ਹਾਈਲੀ ਰეკਮੈਂਡ ਵੀ ਤੁਸੀਂ ਸੁਪਰ ਵੀਜ਼ਾ ਲਈ ਪਾਓ ਪਰ ਕਿਉਂਕਿ ਹਰੇਕ ਵਿਅਕਤੀ ਉਹਦੇ ਚ ਕੁਆਲੀਫਾਈ ਨਹੀਂ ਕਰਦਾ ਤਾਂ ਜੇ ਤੁਸੀਂ ਉਹਦੇ ਚ ਕੁਆਲੀਫਾਈ ਨਹੀਂ ਕਰਦੇ ਤਾਂ ਜਿਹੜੇ ਪੇਰੈਂਟਸ ਦੇ ਕੇਸ ਨੇ ਗ੍ਰੈਂਡਪੇਰੈਂਟਸ ਦੇ ਕੇਸ ਨੇ ਉਹਦੇ ਵਿੱਚ ਕੇਸ ਦੇ ਵਿੱਚ ਕਾਫੀ ਕੰਪੈਸ਼ਨ ਹੁੰਦਾ ਤਾਂ ਇਮੀਗ੍ਰੇਸ਼ਨ ਜਨਰਲੀ ਉਹ ਜੇ ਵੀਜ਼ਾਸ ਨੂੰ ਗਰਾਂਟ ਕਰ ਦਿੰਦੀ ਹੈ ਐਸ ਕੰਪੇਅਰ ਟੂ ਜੇ ਕੋਈ ਨਾਰਮਲ ਕੋਈ ਵਿਜ਼ਿਟ ਕਰਨ ਆ ਰਿਹਾ ਹੈ ਜਾਂ ਕੋਈ ਤੁਹਾਡਾ ਦੂਰ ਦਾ ਰਿਸ਼ਤੇਦਾਰ ਆ ਵਿਜ਼ਿਟ ਕਰਨ ਆ ਰਿਹਾ ਹੈ ਤਾਂ ਉਸ ਦੇ ਵਿੱਚ ਕੋਈ ਇਹੋ ਜਿਹਾ ਕੰਪੈਸ਼ਨ ਇਨਵੋਲਵ ਨਹੀਂ ਹੁੰਦਾ ਜਿਹਦੇ ਕਰਕੇ ਜਿਹੜਾ ਪਰਪਸ ਆਫ ਵਿਜ਼ਿਟ ਹੈ ਉਹੀ ਕੁਐਸਚਨੇਬਲ ਹੋ ਜਾਂਦਾ ਵੀ ਤੁਸੀਂ ਜਾ ਕੇ ਵਾਪਸ ਆਓਗੇ ਜਾਂ ਨਹੀਂ ਪੇਰੈਂਟ ਦਾ ਕੇਸ ਤਾਂ ਬੜਾ ਜਨਨ ਕੇਸ ਹੁੰਦਾ ਹੈ ਜੀ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪਿਛਲੀ ਵਾਰੀ ਡਰਾ ਨਿਕਲਿਆ ਸੀ ਤੇ ਕਾਫੀ ਲੋਕਾਂ ਦੇ ਵਿੱਚ ਉਹ ਨੌਕ ਨਹੀਂ ਸੀ ਆਏ ਜੀ ਉਹਨਾਂ ਦਾ ਫੂਡ ਇੰਡਸਟਰੀ ਦੇ ਕਾਫੀ ਰਹਿ ਗਏ ਸੀ ਔਰ ਕੇਅਰ ਗੀਵਰਸ ਵੀ ਆਪਣੀ ਕੰਪਲੇਂਟ ਕਰ ਰਹੀਆਂ ਹੈਗੀਆਂ ਕਿ ਸਾਡੀਆਂ ਫਾਈਲਸ ਵੀ ਮੂਵ ਨਹੀਂ ਹੋ ਰਹੀਆਂ ਅਸੀਂ ਪਿਛਲੇ ਹਫਤੇ ਰੈਲੀ ਕੀਤੀ ਸੀ ਬੀਅਰਕ੍ਰਿਕ ਪਾਰਕ ਦੇ ਵਿੱਚ ਏਸ ਰੈਲੀ ਬਿਗ ਗੈਦਰਿੰਗ ਸਾਰੇ ਆਪੋ ਆਪਣੀਆਂ ਪ੍ਰੋਬਲਮਸ ਲੈ ਕੇ ਬੈਠੇ ਸੀਗੇ ਔਰ ਹੁਣ ਜਿਹੜੇ ਆ ਰਹੇ ਹੈਗੇ ਜੁਲਾਈ ਦੇ ਵਿੱਚ ਡਰਾਅ ਨਿਕਲਣੇ ਹੈਗੇ ਸ਼ੁਰੂਆਤ ਹੋ ਜਾਣੀ ਹੈ ਐਜ਼ ਅ ਕੰਸਲਟੈਂਟ ਤੁਹਾਡੇ ਸਰੀ ਟੋਰਾਂਟੋ ਇੰਡੀਆ ਸਾਰੀ ਜਗ੍ਹਾ ਤੇ ਤੁਹਾਡੇ ਆਫਿਸ ਹੈਗੇ ਆ ਤੁਹਾਡਾ ਸਟਾਫ ਹਮੇਸ਼ਾ ਗਾਈਡ ਕਰਦਾ ਸੋ ਐਜ਼ ਅ ਕੰਸਲਟੈਂਟ ਤੁਹਾਡੀ ਕੀ رائے ਆ ਕਿ ਕੀ ਫਾਈਲਾਂ ਕਿਵੇਂ ਕਿਹੜੇ ਕਿਹੜੇ ਪੇਪਰ ਤਿਆਰ ਹੀ ਰੱਖਣੇ ਚਾਹੀਦੇ ਤਾਂ ਕਿ ਜਦੋਂ ਡਰਾ ਨਿਕਲਿਆ ਫਿਰ ਉਹਨਾਂ ਨੂੰ ਇੱਕਦਮ ਨੱਠ ਭਾਜਣਾ ਪਵੇ ਜਿੱਦਾਂ ਪਿਛਲੀ ਵਾਰੀ ਹੋਈ ਸੀ ਕਿਸੇ ਨੂੰ ਆਇਲਰਸ ਨਹੀਂ ਸੀ ਹੋ ਰਹੀ ਕਿਸੇ ਦੀ ਪੀਸੀਸੀ ਨਹੀਂ ਹੋ ਰਹੀ ਸੀ ਸੋ ਇਹਦੇ ਤੇ ਮੈਂ ਤੁਹਾਡੀ ਜਾਣਕਾਰੀ ਚਾਹੂੰਗੀ ਪਰ ਇਸ ਤੋਂ ਪਹਿਲਾਂ ਅਸੀਂ ਇੱਕ ਕਾਲ ਲੈ ਲੈਂਦੇ ਹਾਂ ਜੀ ਜੀ ਇਹਨੂੰ ਤੁਹਾਨੂੰ ਸੰਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਸੰਝ ਸੰਜੀ ਗੱਲਬਾਤ ਵਾਲੇ ਚੈਨਲ ਮੈਂ ਦੇਖ ਰਹੀ ਹਾਂ ਉਹ ਮੈਂ ਉੱਥੇ ਗੱਲਬਾਤ ਕਰ ਸਕਦੀ ਹਾਂ ਨਾ ਹਾਂਜੀ ਉੱਥੇ ਤੁਸੀਂ ਫੋਨ ਕੀਤਾ ਜੀ ਕਰੋ ਗੱਲ ਸਾਡੇ ਨਾਲ ਠੀਕ ਹੈ ਜੀ ਤੁਹਾਡਾ ਕਰ ਸਕਦੀ ਹਾਂ ਜੀ ਹਾਂਜੀ ਮੈਂ ਹੀ ਤੁਹਾਡੇ ਨਾਲ ਗੱਲ ਕਰਦੀ ਮੇਰੇ ਨਾਲ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਜੀ ਆਏ ਹੋਏ ਆ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਸੋ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ ਸਵਾਲ ਥੋੜਾ ਜਿਹਾ ਕੰਪਲਿਕੇਟਡ ਤਾਂ ਜ਼ਰੂਰ ਹੈਗਾ ਬਟ ਮੈਨੂੰ ਵਾਕਈ ਕੰਮ ਐਮਪ੍ਰੈਸ ਹੈਗੇ ਕਿ ਤੁਸੀਂ ਕਿਸੇ ਮਤਲਬ ਕਿ ਕਾਫੀ ਐਕਸਪੀਰੀਅੰਸ ਲੱਗ ਰਹੇ ਨੇ ਹੈਨਾ ਜੀ ਸੋ ਗੱਲ ਇਹ ਸੰਜੀਤ ਮੇਰੇ ਮਦਰ ਨੋਟ ਮੇਰੇ ਮੰਮੀ ਨੂੰ ਸੁਪਰ ਵੀਜ਼ਾ ਤੇ ਮੇਰੇ ਮੰਮੀ 2018 ਚ ਆਈ ਸੀਗੇ ਹਾਂਜੀ ਨੇ ਜਦ ਉਹ ਨਿਚ ਹੈਨਾ ਜਦੋਂ ਆਏ ਸੀ ਉਦੋਂ ਸਾਡੇ ਤੋਂ ਛੋਟੀ ਜਿਹੜੀ ਗਲਤੀ ਹੋਈ ਉਹ ਇਹ ਆ ਕਿ ਮੰਮੀ ਦੇ ਪਾਸਪੋਰਟ ਦੀ ਉਦੋਂ ਵੈਲਿਡਿਟੀ ਜਿਹੜੀ ਆ ਉਹ 1 ਸਾਲ ਦੀ ਸੀ ਹਾਂਜੀ ਤਾਂ ਆਫਕੋਰਸ ਜਿਹੜਾ ਸੁਪਰ ਵੀਜ਼ਾ ਸੀਗਾ ਉਹ ਵੀ 1 ਸਾਲ ਲਈ ਲੱਗਣਾ ਸੀ ਬਿਲਕੁਲ ਜੀ ਹੈਨਾ ਜੀ ਅੱਛਾ ਚਲੋ ज़ो सुपर, ज़ो दे दे खतम हुई पासपोर्ट रिन्यास जमी डी स्टे हेगी अफकोर्स हम वी नवंबर दार ऐसा ट्वेंटी टू तक है या। जी. ठीक है जी हां ਹੁਣ ਹੁਣ ਸਾਨੂੰ ਇੱਕ ਛੋਟੀ ਜੀ ਦਿੱਕਤ ਆ ਰਹੀ ਹੈ ਕਿ ਹੁਣ ਸੁਪਰਵਾਈਜ਼ਰ ਦੀ ਤਾਂ ਵੈਲਿਡਿਟੀ ਹੈ ਨਹੀਂ ਜੀ ਹੈਨਾ ਫਿਰ ਇਹਦਾ ਮਤਲਬ ਪਾਸਪੋਰਟ ਜਿਹੜਾ ਹੈ ਆ ਉਹ ਐਕਸਟੈਂਡ ਹੋਇਆ ਤਾਂ ਸਟੇ ਐਕਸਟੈਂਡ ਹੋਈਆ ਰਾਈਟ ਜਿਹੜਾ ਸਟੇਟਸ ਆਉਤ ਹੈ ਇਹੀ ਕਹਿੰਦਾ ਹੈ ਹੈਨਾ ਜੀ ਜੀ ਅੱਛਾ ਜੀ ਹੁਣ ਇੱਕ ਜਿਹੜਾ ਮੀਜਰ ਪ੍ਰੋਬਲਮ ਆ ਰਹੀ ਆ ਕਿ ਇਹਨਾਂ ਨੇ ਸਾ ਮੇਰੇ ਸਾਡੇ ਘਰ ਇੱਕ ਵਿਆਹ ਹੈ ਜਿਹੜਾ ਕਿ ਮੰਮੀ ਦਾ ਉਹ ਵਿਆਹ ਅਟੈਂਡ ਕਰਨਾ ਕਾਫੀ ਜ਼ਰੂਰੀ ਆ ਜੀ ਜੀ ਹੈ ਨਾ ਜੀ ਸੋ ਮੇਰਾ ਕੁਐਸਚਨ ਇਹ ਹੈ ਕਿ ਕੀ ਉਹ ਹੋ ਇੰਡੀਆ ਹੁਣ ਜਾ ਸਕਦੇ ਨੇ ਜੀ ਇਹੀ ਸਟੇਟਸ ਦੇ ਹੋਵੇ ਤਾਂ ਜੀ ਜੀ ਬਿਲਕੁਲ ਤੁਸੀਂ ਸੁਣੋ ਜੀ ਤੁਹਾਨੂੰ ਦੱਸਣ ਲੱਗੇ ਅਮਨ ਜੀ ਹਾਂਜੀ ਠੀਕ ਹੈ ਜੀ ਇਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਜਿਹੜਾ ਵਿਜ਼ਿਟਰ ਵੀਜ਼ਾ ਜਿਹੜਾ ਕਿ ਤੁਹਾਡਾ ਅ ਡਿਫਾਈਨ ਕਰਦਾ ਵੀ ਕਿਸ ਅ ਐਕਸੈਸ ਤੋਂ ਉਹਨੂੰ ਕਿਸ ਕੈਟਾਗਰੀ ਦਾ ਮਿਲਿਆ ਹੋਇਆ ਕੈਨੇਡਾ ਦੇ ਵਿੱਚ ਹਾਂਜੀ ਸੋ ਉਹ ਤੁਸੀਂ ਵਿਜ਼ਿਟਰ ਵੀਜ਼ਾ ਜਦੋਂ ਹਾਸਲ ਕੀਤਾ ਸੀ ਜਾਂ ਸੁਪਰ ਵੀਜ਼ਾ ਹਾਸਲ ਕੀਤਾ ਸੀ ਉਹਦੀ ਡਿਊਰੇਸ਼ਨ ਸੀ 1 ਸਾਲ ਇਟ ਮੀਨਸ 1 ਸਾਲ ਦੇ ਵਿਥਿਨ ਇਹਨਾਂ ਨੇ ਕੈਨੇਡਾ ਦੇ ਡੋਰਸਟੈਪ ਤੇ ਐਂਟਰ ਕਰਨਾ ਸੀ ਉਹ ਉਹ ਜਦੋਂ ਵੀ ਐਂਟਰ ਕੀਤੇ ਉਹ ਤੋਂ ਬਾਅਦ ਇਹਨਾਂ ਦਾ ਫਿਰ ਸਟੇਟਸ ਮਿਲਦਾ ਇਹਨਾਂ ਨੂੰ ਇਮੀਗ੍ਰੇਸ਼ਨ ਸੋ ਕਿਉਂਕਿ ਜਦੋਂ ਉਹ ਐਂਟਰ ਕੀਤੇ ਨੇ ਕੈਨੇਡਾ ਉਦੋਂ ਦੀ ਵੈਲਿਡਿਟੀ ਘਟ ਸੀਗੀ 1 ਸਾਲ ਤੋਂ ਜਿਹੜਾ ਪਾਸਪੋਰਟ ਦੀ ਗੱਲ ਕਰ ਰਹੇ ਆ ਐਕਸਪਾਇਰ ਹੋਣ ਲੱਗਾ ਸੀ ਉਸ ਤੋਂ ਬਾਅਦ ਇਹਨਾਂ ਨੇ ਐਕਸਟੈਂਸ਼ਨ ਸੀਕ ਕਰ ਲਈ ਨਾਊ ਇਨਰ ਦਾ ਸਟੇਟਸ ਉਸ ਨਵੇਂ ਪਾਸਪੋਰਟ ਤੇ ਜਿੰਨੀ ਦੇਰ ਮਰਜ਼ੀ ਕੈਨੇਡਾ ਰਹਿ ਸਕਦੇ ਨੇ ਪ੍ਰੋਵਾਈਡਡ ਇਹਨਾਂ ਨੂੰ ਐਕਸਟੈਂਸ਼ਨ ਸੀਕ ਕਰਨੀ ਪਊਗੀ ਏਵਰੀ ਟਾਈਮ ਜਿੰਨੀ ਦੇਰ ਉਹ ਪਾਸਪੋਰਟ ਵੈਲਿਡ ਰਹੇਗਾ ਜੇ ਉਹ ਛੱਡ ਕੇ ਵਾਪਸ ਚਲੇ ਜਾਂਦੇ ਨੇ ਤਾਂ ਕੈਨੇਡਾ ਤੋਂ ਸੁਪਰ ਵੀਜ਼ਾ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਵਾਪਸ ਜਾ ਕੇ ਦੁਬਾਰਾ ਜੇ ਰੀਐਂਟਰ ਕਰਨਾ ਹੈਗਾ ਜੇ ਇਹਨਾਂ ਦਾ ਪੁਰਾਣਾ ਪਾਸਪੋਰਟ ਤੇ ਵੀਜ਼ਾ ਐਕਸਪਾਇਰ ਹੋ ਗਿਆ ਹਾਂਜੀ ਫਿਰ ਉਹ ਦੁਬਾਰਾ ਰੀ-ਐਂਟਰ ਕਰ ਲਈ ਉਹਨਾਂ ਨੂੰ ਸੁਪਰ ਵੀਜ਼ਾ ਦੁਬਾਰਾ ਲੈਣਾ ਪਏਗਾ ਹੂੰ ਜੇ ਉਹਨਾਂ ਦਾ 1 ਸਾਲ ਦਾ ਵੀਜ਼ਾ ਵੈਲਿਡ ਹੋਇਆ ਫਿਰ ਉਸੇ ਵੀਜ਼ੇ ਤੇ ਦੁਬਾਰਾ ਫਲਾਈਟ ਲੈ ਕੇ ਆ ਸਕਦੇ ਨੇ ਫਿਰ ਇਹਨਾਂ ਨੂੰ ਅਪਲਾਈ ਨਹੀਂ ਕਰਨਾ ਪੈਣਾ ਜੀ ਠੀਕ ਹੈ ਜੀ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਜੀ ਤੁਹਾਨੂੰ ਇੱਕ ਇੱਕ ਸੈਕਿੰਡ ਹੋਰ ਮੇਰਾ ਕੁਐਸਚਨ ਹੈ ਜੀ ਇਹਨਾਂ ਨੂੰ ਅਸੀਂ ਅਪਲਾਈ ਕੀਤਾ ਹੋਇਆ ਪੀਆਰ ਤੇ ਠੀਕ ਹੈ ਨਾ ਜੀ ਪੀਆਰ ਵਾਸਤੇ ਵੀ ਅਪਲਾਈ ਕੀਤਾ ਹੋਇਆ ਉਹਨੇ ਵਾਸਤੇ ਸਾਨੂੰ ਇਹ ਸਿਲੈਕਟ ਹੋ ਗਏ ਨੇ ਹੈਨਾ ਜੀ ਗਵਰਨਮੈਂਟ ਦੀ ਮੇਲ ਵੀ ਆ ਗਈ ਕਿ ਮਨਜੀਤ ਕੌਰ ਇਸ ਸਿਲੈਕਟਡ ਫਾਰ ਪੀਆਰ ਤਾਂ ਚਲੋ ਜੀ ਆ ਲੇਟਲੀ ਸਾਨੂੰ 12 ਤਰੀਕ ਨੂੰ ਚਿੱਠੀ ਵੀ ਆ ਗਈ ਕਿ ਤੁਹਾਡੇ ਸਾਰੇ ਡਾਕੂਮੈਂਟਸ ਰੈਡੀ ਨੇ ਐਂਡ एवरीथिंग ਨਾਊ ਯੂ ਹੈਵ ਟੂ ਵੇਟ ਫਾਰ ਦਾ ਮੈਡੀਕਲ ਹੁਣ ਸਾਨੂੰ ਅਸੀਂ ਇਸ ਦੁਬਿਧਾ ਚ ਪਏ ਹੋਏ ਆ ਕਿ ਉਹ ਜਿਹੜਾ ਮੈਡੀਕਲ ਆ ਤੁਹਾਡੇ ਹਿਸਾਬ ਨਾਲ ਕਦੋਂ ਤੱਕ ਆਊਗਾ ਜੀ ਕੁਝ ਆਈਡੀਆ ਤੁਹਾਨੂੰ ਤੁਹਾਡੇ ਸੀਰੀਜ਼ ਦੇ ਅਕੋਰਡਿੰਗ ਕਦੋਂ ਤੱਕ ਆਊਗਾ ਜੀ ਕੁਝ ਪਤਾ ਲੱਗਦਾ ਨਹੀਂ ਹੁੰਦਾ ਕੋਈ ਐਗਜ਼ੈਕਟ ਡੈਡਲਾਈਨ ਜਾਂ ਕੁਝ ਦੇਣਾ ਤਾਂ ਮੁਸ਼ਕਲ ਹੈਗਾ ਹੀ ਜਾਂ ਕੋਈ ਵੀ ਐਗਜ਼ੈਕਟ ਟਾਈਮਲਾਈਨਸ ਪਰ ਪੈਰੈਂਟਸ ਯਾ ਐਪਲੀਕੇਸ਼ਨ ਯੂਜੂਲੀ ਜਿਹੜੀਆਂ ਵਿਦਨ ਕੈਨੇਡਾ ਨੇ ਉਹ ਬਹੁਤ ਫਾਸਟ ਮੂਵ ਕਰਦੀਆਂ ਨੇ ਯੂਜੂਲੀ ਜਿਹੜਾ ਪੀਆਰ ਲੈਣ ਦਾ ਸਮਾਂ ਹੈਗਾ ਉਹ 16 ਮਹੀਨੇ ਦਾ ਵੇਟਿੰਗ ਟਾਈਮ ਹੁੰਦਾ ਹੈ ਮੈਡੀਕਲ ਜਿਵੇਂ ਤੁਹਾਨੂੰ ਉਹਨਾਂ ਨੇ ਕਿਹਾ ਹੈਗਾ ਵੀ ਮੈਡੀਕਲ ਇਨਸਟਰਕਸ਼ਨਸ ਨੈਕਸਟ ਇਨਸਟਰਕਸ਼ਨਸ ਨੇ ਆ ਇਹਦੀ ਤੁਹਾਨੂੰ ਸਿਰਫ ਵੇਟ ਹੀ ਕਰਨੀ ਪੈਗੀ ਜਨਤ ਚ ਉਹ ਇਨਸਟਰਕਸ਼ਨਸ ਨਹੀਂ ਆ ਰਹੀਆਂ ਉਹਦਾ ਤੁਹਾਡੇ ਇੰਡੀਆ ਵਿਜ਼ਿਟ ਕਰਨ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਜੀ ਨਹੀਂ ਸੰਬੰਧ ਬਿਲਕੁਲ ਨਹੀਂ ਹੈ ਮੈਂ ਤਾਂ ਜੇਸੀ ਲੈਟ ਸੇ ਹੁਣ ਇਹਨਾਂ ਨੂੰ ਇੰਡੀਆ ਭੇਜਣ ਦਾ ਪ੍ਰੋਗਰਾਮ ਕੈਨਸਲ ਕਰ ਦੇਣਾ ਬਿਕਾਉਜ਼ ਹੁਣ ਜਦ ਡਾਕੂਮੈਂਟਸ ਪ੍ਰੋਪਰ ਹੈ ਨਹੀਂਗੇ ਤਾਂ ਬਟ ਸਾਨੂੰ ਥੋੜਾ ਜਿਹਾ ਅਸੀਂ ਦੁਬਿਧਾ 'ਚ ਪਏ ਹੋਣਾ ਕਿ ਹੁਣ ਜੇ ਮੈਡੀਕਲ ਕਦੋਂ ਤੱਕ ਆਏਗਾ ਕਿੰਨੀ ਦੇਰ ਵੇਟ ਕਰਨੀ ਪੈਗੀ ਸਾਨੂੰ ਇਹ ਵੀ ਥੋੜਾ ਜਿਹਾ ਕੁਐਸਚਨ ਸੀਗਾ ਸਾਡਾ ਜੀ ਆ ਬਿਲਕੁਲ ਜੀ ਤੁਹਾਨੂੰ ਦੱਸਦੇ ਆ ਤੇ ਬਿਲਕੁਲ ਰਮਨ ਜੀ ਬਹੁਤ ਸਾਰੇ ਲੋਕ ਜਿਹੜੇ ਵੇਟ ਕਰ ਰਹੇ ਹੈਗੇ ਆ ਕਿ ਕਦੋਂ ਆਊਗਾ ਪਰ ਇਹਦਾ ਕੋਈ ਟਾਈਮ ਨਹੀਂ ਕਿਸੇ ਨੂੰ ਵੀ ਹੱਲੇ ਪਤਾ ਲੱਗ ਰਿਹਾ ਯਾ ਪਰ ਇੱਕ ਚੀਜ਼ ਦੀ ਇਹਨਾਂ ਨੂੰ ਜਿਹੜੀ ਖੁਸ਼ੀ ਹੋਣੀ ਚਾਹੀਦੀ ਹੈ ਵੀ ਏਟਲੀਸਟ ਉਹਨਾਂ ਦੀ ਸਿਲੈਕਸ਼ਨ ਹੋ ਗਈ ਸਿਲੈਕਸ਼ਨ ਹੋ ਗਈ ਬਹੁਤ ਜਿਹੜਾ ਮੇਨ ਜਿਹੜੀ ਹਰਡਲ ਹੈ ਜਿਹੜਾ ਮੈਡੀਕਲ ਹੈਗਾ ਉਹ ਕੋਈ ਉਹ ਕੋਈ ਬਹੁਤ ਬੜੀ ਹਰਡਲ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰਿਕੁਐਸਟ ਆ ਜਾਣੀ ਹੈ within the se rajani go go application जल्दी मूव कर रहीया ने hmm. तो ओदा बैक लॉग ऑलरेडी रिड्यूस हो रहा है जिमे 47000 ਸੀ लास्ट ਜਦੋਂ ਚੈੱਕ ਕੀਤਾ ਸੀ ਹੁਣ ਬਹੁਤ ਘਟ 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 ਗਿਆ ਹੈ ਸੋ ਜਿਹੜਾ ਮੇਨ ਇਸ਼ੂ ਹੈ ਸਰਕਾਰ ਇਸ ਕਰਕੇ ਜਿਹੜਾ ਨਵਾਂ ਡਰਾਅ ਉਹ ਵੀ ਨਹੀਂ ਕੱਢਣ ਜਾ ਰਹੀ बिकॉज ਉਹ ਪੁਰਾਣੇ ਨੂੰ ਰਿਜ਼ੋਲਵ ਕਰ ਰਹੀ ਹੈ ਜਿਹੜੇ ਕੇਸਿਸ ਨੇ ਜਿਹੜਾ ਇਹਨਾਂ ਦਾ ਮੇਨ ਹੈਗਾ ਵੀ ਜਿਵੇਂ ਜਿਹੜਾ ਵੇਟ ਹੈਗਾ ਆਫ ਕਰਸ ਵੇਟ ਕਰਨ ਦੇ ਦੌਰਾਨ ਜੇ ਮੈਡੀਕਲੀ ਕੋਈ ਇਹਨਾਂ ਨੂੰ ਇਸ਼ੂ ਆ ਜਾਂਦਾ ਹੈ ਫॉर एग्जांपल ਉਹ ਮੈਡੀਕਲੀ ਇਨੈਡੀਮਿਸਿਬਲ ਹੋ ਜਾਂਦੇ ਨੇ ਕੈਨੇਡਾ ਦੇ ਉੱਚ ਰਹਿੰਦੇ ਹੋਏ ਫਿਰ ਉਹਨਾਂ ਕੋਲ ਬਹੁਤ ਸੌਖੀ ਰੈਮਡੀ ਹੈ ਇਮੀਗ੍ਰੇਸ਼ਨ ਉਹਨੂੰ ਫਿਰ ਵੀ ਮਿਲ ਜਾਏਗੀ ਉਹਨਾਂ ਨੂੰ ਮੁਸ਼ਕਲ ਨਹੀਂ ਆਏਗੀ ਪਰ ਜੇ ਹੋ ਆਊਟਸਾਈਡ ਕੈਨੇਡਾ ਹੋਏ ਤਾਂ ਬਿਲਕੁਲ ਇਹਨਾਂ ਨੂੰ ਫਿਰ ਦਿੱਕਤ ਆਉਣਗੀ ਕਿਉਂਕਿ ਉਹ ਨਹੀਂ ਦੇ ਰਹੇ ਜਾ ਜਿੰਨੀ देर ਅਪੀਲ ਚੈਨਲ ਨੂੰ ਸਪੈਸ਼ਲ ਰਿਲੀਫ ਨਹੀਂ ਮਿਲਦਾ ਉਨੀ ਦਰ ਉਹ ਕੈਨੇਡਾ ਨਹੀਂ ਐਂਟਰ ਹੋਣ ਦੇਣਗੇ ਉਹਨਾਂ ਨੂੰ ਸੋ ਬੈਟਰ ਹੈ ਉਹ ਕੈਨੇਡਾ ਦੇ ਵਿੱਚ ਹੀ ਰਹਿਣ ਜੀ ਤੇ ਅਮਨ ਜੀ ਇਸ ਤੋਂ ਪਹਿਲਾਂ ਕੀ ਅਸੀਂ ਸਾਡਾ ਸਮਾਂ ਹੋ ਗਿਆ ਜਾਣਦਾ ਨਵੇਂ ਡਰਾਅ ਨਿਕਲ ਰਹੇ ਹੈਗੇ ਜੁਲਾਈ ਦੇ ਵਿੱਚ ਨਿਕਲਨੇ ਸ਼ੁਰੂ ਹੋ ਜਾਣੇ ਹੈਗੇ ਆ ਸੋ ਆਪਣੇ ਵੱਲੋਂ ਬਿਕਾਜ਼ ਤੁਹਾਡਾ ਬਹੁਤ ਐਕਸਪੀਰੀਅੰਸ ਹੈ ਆ ਬਹੁਤ ਸਾਰੇ ਕੇਸਸ ਤੇ ਤੁਸੀਂ ਹਮੇਸ਼ਾ ਪਰਸਨਲੀ ਵੀ ਆਪ ਵੀ ਤੁਸੀਂ ਬਹੁਤ ਡਿਸਕਸ ਕਰਦੇ ਰਹਿੰਦੇ ਹੋ ਕੰਮ ਕਰਦੇ ਹੋ ਕੀ ਤੁਸੀਂ ਗਾਈਡੈਂਸ ਦੇਣਾ ਚਾਹੁੰਦੇ ਆ ਜਿਹੜੇ ਲੋਕਾਂ ਨੇ ਇਹਨਾਂ ਡਰਾਅ ਦੇ ਵਿੱਚ ਆਪਣੀਆਂ ਐਂਟਰੀਆਂ ਕਰਨੀਆਂ ਕਿਵੇਂ ਉਹ ਆਪਣੇ ਪੇਪਰਵਰਕ ਫਾਈਲਾਂ ਤਿਆਰ ਕਰਕੇ ਰੱਖਣ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣ ਜੀ ਸਭ ਤੋਂ ਜ਼ਰੂਰੀ ਤਾਂ ਆਇਲਟਸ ਦੀ ਵੈਲਿਡਿਟੀ ਹੈ ਉਹ ਯੂਜੂਲੀ 2 ਸਾਲ ਹੀ ਵੈਲਿਡ ਹੁੰਦਾ ਔਰ ਇਮੀਗ੍ਰੇਸ਼ਨ ਲਈ ਤੁਹਾਨੂੰ ਜਰਨਲ ਜਿਹੜਾ ਸਟ੍ਰੀਮ ਹੈ ਉਹ ਵਾਲਾ ਆਇਲਟਸ ਦੇਣਾ ਪੈਂਦਾ ਐਕੈਡੈਮਿਕ ਨਹੀਂ ਚੱਲਦਾ ਹੈਗਾ ਤੋਂ ਉਸ ਤੋਂ ਇਲਾਵਾ ਯਸਲਪ ਜਿਹੜਾ ਐਗਜ਼ਾਮ ਹੈ ਜਿਵੇਂ ਜਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਅਪਲੀਕੇਸ਼ਨ ਦਾਇਰ ਕਰ ਰਹੇ ਹੋ ਫੇਰ ਸਭ ਤੋਂ ਇੰਪੋਰਟੈਂਟ ਹੈਗਾ ਜਿਹੜਾ ਪੁਲਿਸ ਕਲੀਅਰੈਂਸ ਆ ਪੁਲਿਸ ਕਲੀਅਰੈਂਸ ਜਿੱਥੇ ਵੀ ਤੁਸੀਂ ਜਿਸ ਕੰਟਰੀ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜਿਵੇਂ ਤੁਸੀਂ ਰਹੇ ਹੋ ਹੈਗੇ ਹੋ ਤਾਂ ਉਸ ਕੰਟਰੀ ਦੇ ਵਿੱਚੋਂ ਤੁਹਾਨੂੰ ਪੁਲਿਸ ਕਲੀਅਰੈਂਸ ਲੈਣਾ ਪੈਂਦਾ ਆ ਕਈ ਕੰਟਰੀਜ਼ ਜਿਹੜਾ ਪੁਲਿਸ ਕਲੀਅਰੈਂਸ ਇਸ਼ੂ ਕਰਦੀਆਂ ਨੇ ਉਹ ਨੈਸ਼ਨਲ ਵਾਈਡ ਹੁੰਦਾ ਹੈ ਪੁਲਿਸ ਕਲੀਅਰੈਂਸ ਪਰ ਜਿਵੇਂ ਹਿੰਦੁਸਤਾਨ ਦੀ ਆਪਾਂ ਗੱਲ ਕਰੀਏ ਉਹ ਕੱਲਾ ਪ੍ਰੋਵਿੰਸ਼ੀਅਲ ਨਹੀਂ ਹੁੰਦਾ ਜ਼ਿਲ੍ਹਾ ਵਾਈਜ਼ ਹੋ ਜਾਂਦਾ ਹੈ ਸੋ ਜੇ ਫਰਜ਼ ਕੀਤਾ ਕੋਈ ਇੰਡੀਵਿਜੂਅਲ ਵਿਆਹ ਹੋਇਆ ਹੋਇਆ ਸੀ ਅਮਰitsar ਆ ਜਾਂ ਪੈਦਾ ਹੋਇਆ ਸੀ ਅਮਰitsar ਉਹਦਾ ਵਿਆਹ ਹੋ ਜਾਂਦਾ ਸੀ ਸੰਗਰੂਰ ਤੋਂ ਉਹਨਾਂ ਨੂੰ ਜਿਹੜਾ ਪੁਲਿਸ ਕਲੀਅਰੈਂਸ ਆ ਦੋਨਾਂ ਜ਼ਿਲ੍ਹਿਆਂ ਤੋਂ ਲੈਣਾ ਪਊਗਾ ਅੰਮ੍ਰਿਤਸਰ ਤੋਂ ਵੀ ਲੈਣਾ ਪਊ ਸੰਗਰੂਰ ਤੋਂ ਵੀ ਲੈਣਾ ਉਹ ਸਿਰਫ ਇਹ ਨਹੀਂ ਹੈਗਾ ਵੀ ਇੱਕ ਪੁਲਿਸ ਕਲੀਅਰੈਂਸ ਤੁਸੀਂ ਲੈ ਕੇ ਆ ਗਏ ਤਾਂ ਉਹ ਫਾਈਲ ਤੁਹਾਡੀ ਇਨਕੰਪਲੀਟ ਮੰਨੀ ਜਾਏਗੀ ਔਰ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਵਾਪਸ ਕਰਤੀ ਜਾਏਗੀ ਬਿਕਾਜ਼ ਆਫ ਇਨਕੰਪਲੀਟ ਇਨਫਰਮੇਸ਼ਨ ਸੋ ਪੁਲਿਸ ਕਲੀਅਰੈਂਸ ਜਿਹੜਾ ਹੈਗਾ ਜਿੱਥੇ ਵੀ ਰਹੋ ਤੁਸੀਂ 18 ਸਾਲ ਤੋਂ ਬਾਅਦ ਤਾਂ ਉਥੋਂ ਉਸ ਪਰਟੀਕੂਲਰ ਜ਼ਿਲੇ ਦਾ ਜਾਂ ਉਸ ਪਰਟੀਕੂਲਰ ਅਰੀਏ ਦਾ ਤੁਹਾਨੂੰ ਪੁਲਿਸ ਕਲੀਅਰੈਂਸ ਆ ਉਹ ਚਾਹੀਦਾ ਇਹ ਤਾਂ ਦੋ ਮੇਨ ਹੈਗੀਆਂ ਹਰਡਲਸ ਜਿਹਦੇ ਕਰਕੇ ਤੁਹਾਡੀ ਅਪਲੀਕੇਸ਼ਨ ਰੁਕ ਸਕਦੀ ਹੈ ਬਾਕੀ ਜਿਹੜੇ ਤੁਹਾਡੇ ਡਾਕੂਮੈਂਟਸ ਨੇ ਜਿਵੇਂ ਐਜੂਕੇਸ਼ਨ ਦੇ ਡਾਕੂਮੈਂਟਸ ਨੇ ਉਹ ਤੁਹਾਡੇ ਕੋਲ ਹੈਂਡੀ ਹੋਣੇ ਚਾਹੀਦੇ ਨੇ ਰੈਡੀ ਹੋਣੇ ਚਾਹੀਦੇ ਨੇ ਔਰ ਇਸ ਤੋਂ ਇਲਾਵਾ ਜਿਹੜੀ ਕਿਸ ਕੈਟਾਗਰੀ ਦੇ ਵਿੱਚ ਤੁਸੀਂ ਫਾਈਲ ਦਾਇਰ ਕਰ ਰਹੇ ਹੋ ਔਰ ਜੇ ਤੁਹਾਡੇ ਪੁਆਇੰਟਸ ਘੱਟ ਨੇ ਤੁਸੀਂ ਚਾਹੁੰਦੇ ਹੋ ਪਤਾ ਕਰਨਾ ਵੀ ਪੁਆਇੰਟਸ ਵਧ ਕਿਵੇਂ ਸਕਦੇ ਨੇ ਤਾਂ ਉਹਦੇ ਲਈ ਤੁਸੀਂ ਐਡਵਾਈਸ ਸੀਕ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਤੁਹਾਡੇ ਪੁਆਇੰਟ ਜਿਹੜੇ ਵਧਾਏ ਜਾ ਸਕਦੇ ਨੇ ਔਰ ਜੇ ਤੁਸੀਂ ਤੁਸੀਂ ਮ ਆਫਰਜ਼ ਕੀਤਾ ਅਪਲੀਕੇਸ਼ਨ দাਇਰ ਕੀਤੀ ਔਰ ਤੁਹਾਡੀ ਜਿਹੜੀ ਅ ਅਪਲੀਕੇਸ਼ਨ ਦੇ ਬੇਸਿਸ ਤੇ ਤੁਹਾਡਾ ਡਰਾ ਨਿਕਲੇ ਡਰਾ ਤੋਂ ਬਾਅਦ ਇਹ ਪਤਾ ਲੱਗਦਾ ਵੀ ਜਿਹੜੇ ਪੁਆਇੰਟਸ ਤੁਸੀਂ ਕਲੇਮ ਕੀਤੇ ਸੀ ਉਹ ਗਲਤ ਤਰੀਕੇ ਨਾਲ ਕਲੇਮ ਹੋਏ ਸੀ ਉਹ ਪੁਆਇੰਟਸ ਤੁਹਾਡੇ ਨਹੀਂ ਬਣਦੇ ਹੈਗੇ ਤਾਂ ਸਰਕਾਰ ਸਿਰਫ ਇੱਥੇ ਤੱਕ ਨਹੀਂ ਰੁਕਦੀ ਵੀ ਤੁਹਾਨੂੰ ਜਿਹੜਾ ਰਿਫਿਊਜ਼ਲ ਭੇਜੇਗੀ ਉਹ ਉਹ ਇਹ ਵੀ ਕਹਿੰਦੀ ਹੈ ਵੀ ਤੁਸੀਂ ਜਿਹੜਾ ਹੈਗਾ 에ਰਰ ਰਿਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਮਿਸ ਰਿਪਰੈਜ਼ੈਂਟ ਕਰ ਰਹੇ ਸੀ ਤਾਂ ਉਹਦੀ ਵੀ ਰੈਮੇਡੀ ਹੁੰਦੀ ਹੈ ਉਹਦਾ ਸੋਲੂਸ਼ਨ ਹੁੰਦਾ ਹੀ ਨਹੀਂ ਹੈਗਾ ਵੀ ਵੀਜ਼ਾ ਆਫੀਸਰ ਨੇ ਤੁਹਾਨੂੰ ਪ੍ਰੋਸੀਜਨਲ ਅਫੇਅਰਨੈਸ ਲੈਟਰ ਦੇਤੀ ਔਰ ਤੁਹਾਨੂੰ ਵਾਰਨ ਕਰਤਾ ਇਟ ਡਸਨਟ ਮੀਨ ਵੀ ਤੁਹਾਡੇ ਲਈ ਸਾਰੇ ਦਰਵਾਜ਼ੇ ਜਿਹੜੇ ਬੰਦ ਹੋ ਗਏ ਜੀ ਬਹੁਤ ਧੰਨਵਾਦ ਤੁਹਾਡਾ ਅਮਨ ਜੀ ਤੁਸੀਂ ਆਪਣਾ ਸਮਾਂ ਦਿੱਤਾ ਔਰ ਨੈਕਸਟ ਟਾਈਮ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਸੀ ਕਾ ਜੀ ਬਿਲਕੁਲ ਜੀ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਪੂਰੀ ਪ੍ਰੋਪਰ ਜਾਣਕਾਰੀ ਲੈ ਕੇ ਆਈਏ ਤੇ ਇਹ ਇੱਕ ਅਜਿਹਾ ਮੁੱਦਾ ਇਮੀਗ੍ਰੇਸ਼ਨ ਦਾ ਤੁਸੀਂ ਜਾਣਦੇ ਹੋ 2 ਮਿਲੀਅਨ ਤੋਂ ਉੱਤੇ ਜਿਹੜੀ ਬੈਕਲੌਗ ਹੈ ਆ ਹੌਲੀ ਹੌਲੀ ਘਟੇਗੀ ਟਾਈਮ ਲੱਗੇਗਾ ਜੁਲਾਈ ਦੇ ਵਿੱਚ ਨਵੇਂ ਕੁਛ ਨਾ ਕੁਛ ਡਰਾ ਨਿਕਲਣਗੇ ਸੋ ਤੁਸੀਂ ਆਪਣਾ ਪੇਪਰਵਰਕ ਜਿਵੇਂ ਅਮਨ ਜੀ ਹੋਣਾ ਨੇ ਦੱਸਿਆ ਜਰੂਰ ਤਿਆਰ ਰੱਖੋ ਤਾਂ ਕਿ ਤੁਹਾਨੂੰ ਔਨ ਟਾਈਮ ਆ ਕੇ ਕੋਈ ਇਹੋ ਜੀਆਂ ਦਿੱਕਤਾਂ ਨਾ ਆਉਣ ਜਿਵੇਂ ਪਿਛਲੀ ਵਾਰ 90000 ਦਾ ਡਰਾ ਨਿਕਲਿਆ ਸੀ ਤੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਬਾਰੇ ਔਰ ਉਹਨਾਂ ਦੇ ਪੇਪਰ ਜਿਹੜੇ ਇੱਕ ਦੋ ਪੇਪਰਾਂ ਕਰਕੇ ਉਹਨਾਂ ਦੀ ਜਿਹੜੀ ਫਾਈਲ ਰਹਿ ਗਈ ਸੀ ਤੇ ਫੇਰ ਤੁਹਾਨੂੰ ਕਈ ਸਾਲ ਫੇਰ ਇੰਤਜ਼ਾਰ ਕਰਨਾ ਪੈਂਦਾ ਸੋ ਆਪਣਾ ਪੇਪਰਵਰਕ ਸਾਰਾ ਤਿਆਰ ਰੱਖੋ ਕਿਸੇ ਵੀ ਐਡਵਾਈਜ਼ਰ ਦੇ ਕੋਲੋਂ ਐਡਵਾਈਸ ਲੈ ਸਕਦੇ ਹੋ ਅਮਨ ਹੁਣਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਸੀ ਡਬਲਯੂ ਸੀ ਇਮੀਗ੍ਰੇਸ਼ਨ ਕੋ ਜਾ ਸਕਦੇ ਹੋ ਔਰ ਇਹਨਾਂ ਦਾ ਸਟਾਫ ਬੜਾ ਫ੍ਰੈਂਡਲੀ ਆ ਤੁਸੀਂ ਅਪੁਆਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ ਕਿਹੜੇ ਤੁਹਾਡੇ ਪੇਪਰ ਆ ਕਿਹੜੇ ਤੁਹਾਡੇ ਸਵਾਲ ਆ ਉਹ ਜਾ ਕੇ ਇਹਨਾਂ ਨੂੰ ਪੁੱਛ ਸਕਦੇ ਹੋ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਸਹੀ ਜਾਣਕਾਰੀ ਲੈ ਕੇ ਆਉਣੀ ਤੇ ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਸਾਂਝੀ ਕਰ ਲਈਏ ਕਿ 12 ਜੂਨ ਨੂੰ ਇੱਕ ਲੇਡੀਜ਼ ਮੇਲਾ ਹੋਣ ਜਾ ਰਿਹਾ ਇਸ ਮੇਲੇ ਦੀਆਂ ਟਿਕਟਾਂ ਤੁਸੀਂ ਜਿਹੜਾ ਕਯੂ ਆਰ ਕੋਡ ਆ ਰਿਹਾ ਪੋਸਟਰ ਦੇ ਉੱਤੇ ਇਹਨੂੰ ਸਕੈਨ ਕਰਕੇ ਤੁਸੀਂ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹੋ ਸਤਵਿੰਦਰ ਬਿੱਟੀਐਸ ਦੇ ਵਿੱਚ ਆ ਰਹੀਆਂ ਹੋਰ ਬਹੁਤ ਸਾਰੇ ਵਧੀਆ ਕਲਾਕਾਰ ਇਸ ਦੇ ਵਿੱਚ ਭਾਗ ਲੈ ਰਹੇ ਸਿਰਫ ਭੈਣਾ ਦੇ ਲਈ ਮੇਲਾ ਹੋ ਰਿਹਾ ਸਰੀ ਦੇ ਧਾਲੀਵਾਲ ਬੈਂਕਟ ਹਾਲ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਮੈਨੂੰ ਫੋਨ ਕਰ ਸਕਦੇ ਹੋ ਇਸ ਦੀ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸ਼ਰਨ ਧਾਲੀਵਾਲ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ 4345 ਵਾਲ ਨੂੰ ਫੋਨ ਕਰ ਸਕਦੇ ਹੋ ਸੋ ਤੁਹਾਡੇ ਨਾਲ ਮੁਲਾਕਾਤ ਮੇਰੀ ਹੁਣ ਸਾਂਝੀ ਗੱਲਬਾਤ ਸੋਮਵਾਰ ਹੋਵੇਗੀ ਡਾਕਟਰ ਹਰਸ਼ੇਂਦਰ ਕੌਰ ਹੁਣਾਂ ਦੇ ਨਾਲ ਹੈਲਥ ਦੇ ਸੰਬੰਧੀ ਤੁਹਾਡੇ ਲਈ ਬਹੁਤ ਵਧੀਆ ਗੱਲਬਾਤ ਲੈ ਕੇ ਫਿਰ ਹਾਜ਼ਰ ਹੋ ਜਾਵਾਂਗੀ ਤਦ ਤੱਕ ਤੁਸੀਂ ਚੜ੍ਹਦੀ ਕਲਾ ਚ ਰਹੋ ਲੌਂਗ ਵੀਕਐਂਡ ਆ ਮਨਾਓ ਪਰਿਵਾਰਾਂ ਦੇ ਨਾਲ ਖੁਸ਼ ਰਹੋ ਸਦਾ ਹੱਸਦੇ ਵਸਦੇ ਰਹੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ